ਤੇ ਬਹੁਤਾ ਸਾਰੀਆਂ ਸਟੇਜਾਂ ਦੇ ਉੱਤੇ ਅਸੀਂ ਪ੍ਰੋਬਲਮ ਦੀ ਡਿਸਕਸ ਕਰਕੇ ਚਲੇ ਜਾਂਦੇ ਹਾਂ। ਡਿਸਕਸ਼ਨ ਆਫ ਪ੍ਰੋਬਲਮ ਇਜ਼ ਨਾਟ ਅ ਸੋਲੂਸ਼ਨ। ਪ੍ਰੋਬਲਮ ਨੂੰ ਡਿਸਕਸ ਕਰੀ ਜਾਓ ਭਾਵੇਂ 2 ਮਹੀਨੇ ਬੈਠੇ ਲੱਗੇ ਰਹੋ ਇੱਥੇ। ਪ੍ਰੋਬਲਮ ਡਿਸਕਸ ਕਰਨਾ ਤਾਂ ਸੋਲੂਸ਼ਨ ਨਹੀਂ ਹੈ। ਹਾਂ, ਉਹ ਸੋਲੂਸ਼ਨ ਨੂੰ ਲੀਡ ਕਰ ਸਕਦੀਆਂ ਨੇ ਇਹ ਗੱਲ ਮੰਨਣ ਦੀ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਫ਼ਰ ਦੇਖ ਲਈਏ। ਜਦੋਂ ਮੈਂ ਆਮ ਕਰਕੇ ਗੁਰਦਾਰੇ ਦੇ ਵਿੱਚ ਕਿਤੇ ਬੋਲਣ ਜਾਣਾ ਹੁੰਦਾ ਨਾ, ਜਰਮਨ ਨਾਰਵੇ ਆਸੇ ਪਾਸੇ ਜਿੱਥੇ ਵੀ ਵੀਰ ਸਾਧੇ ਨੇ, ਤੇ ਜਦੋਂ ਮੈਨੂੰ ਪ੍ਰਬੰਧਕ ਵੀਰ ਕਹਿੰਦੇ ਨੇ ਨਾ ਵੀ ਕੰਟਰੋਵਰਸੀ ਦੀ ਗੱਲ ਨਹੀਂ ਕਰਨੀ, ਤਾਂ ਮੈਂ ਹੈਰਾਨ ਹੋ ਜਾਂਦਾ ਵੀ ਸ਼ਾਇਦ ਇਹਨਾਂ ਜਪਜੀ ਨਹੀਂ ਪੜ੍ਹੀ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਇੱਕ ਓਂਕਾਰ ਇਟ ਸੈਲਫ ਇਜ਼ ਅ ਕੰਟਰੋਵਰਸੀ। ਇੱਕ ਓਂਕਾਰ ਕੰਟਰੋਵਰਸੀ ਹੈਗੀ ਹੈ, ਇੱਕ ਓਂਕਾਰ, ਕਿਉਂਕਿ ਜਦੋਂ ਬਾਬੇ ਨੇ ਇੱਕ ਓਂਕਾਰ ਉਚਾਰਿਆ ਉਸ ਟਾਈਮ ਤੇ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਿਆ ਜਾਂਦਾ ਸੀ। ਤਾਂ ਸੀ ਮੇਰਾ ਗੁਰੂ ਨਾਨਕ ਪਾਤਸ਼ਾਹ ਜੀ ਉਹ ਯੋਧਾ ਗੁਰੂ, ਉਹ ਕ੍ਰਾਂਤੀਕਾਰੀ ਰੈਵੋਲੂਸ਼ਨਰੀ ਗੁਰੂ ਜਿਹਨੇ ਇੱਕ ਕਹਿ ਦਿੱਤਾ। ਇੱਕ ਓਂਕਾਰ ਆਪਣੇ ਆਪ ਚ ਕੰਟਰੋਵਰਸੀ ਹੈ। ਤੁਸੀਂ ਕਿਸ ਕੰਟਰੋਵਰਸੀ ਦੀ ਗੱਲ ਕਰਦੇ ਹੋ? 1905 ਵਿੱਚ ਦਰਬਾਰ ਸਾਹਿਬ ਵਿੱਚ ਮੂਰਤੀਆਂ ਚੜਾਈਆਂ ਭਾਈ ਧਰਮ ਸਿੰਘ ਨਾਲ ਪਾਈਆਂ। ਮਿਸਟਰ ਕਿੰਗ ਡਿਪਟੀ ਕਮਿਸ਼ਨਰ ਸੀ, ਉਹਦੇ ਨਾਲ ਗੱਲ ਕਰਕੇ ਨਾ ਪਿਆਰੇ ਰਾਜੇ ਦੇ ਸਪੂਤ ਨਾਲ ਉਹਦੇ ਨਾਲ ਗੱਲ ਕਰਕੇ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਚੜਾਈਆਂ ਗਈਆਂ। 1905 ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉੱਥੇ ਮੂਰਤੀਆਂ ਰੱਖ ਕੇ ਗਣੇਸ਼ ਦੀਆਂ ਮੂਰਤੀਆਂ, ਵਿਸ਼ਨੂੰ ਦੀਆਂ ਮੂਰਤੀਆਂ, ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਉੱਥੇ ਗੱਡੀਆਂ ਲੱਗਦੀਆਂ ਸਨ, ਮੂਰਤੀ ਦੀ ਪੂਜਾ ਹੁੰਦੀ ਸੀ। ਅੱਜ ਜਿਹੜੇ ਦਰਬਾਰ ਸਾਹਿਬ ਜੋੜ ਜਗਦੀ ਹੈ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ। ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ। ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਹੇਗਾ ਪਾਣੀ ਪੀਣ ਦੀ ਲੋੜ ਹੈ। ਮੇਰਾ ਤੇ ਖਰਾਬ ਆ, ਮੇਰੀ ਆਵਾਜ਼ ਹੋ ਗਈ, ਤੁਹਾਡੇ ਸਾਰਿਆਂ ਨੂੰ ਜਾਂਦੀ ਹੈ। ਦੁਬਾਰਾ ਬੋਲੋ, ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ। ਸੋ ਜਿਸ ਵਿਸ਼ੇ ਤੇ ਅਸੀਂ ਅੱਜ ਗੱਲ ਕਰਨੀ, ਜੋ ਚਾਰ ਪਰਸਨੈਲਿਟੀਜ਼ ਤੁਸੀਂ ਸਾਹਮਣੇ ਪ੍ਰੋਜੈਕਟ ਉੱਤੇ ਦੇਖ ਰਹੇ, ਇਹਨਾਂ ਦੀ ਤਸਵੀਰ, ਇਹਨਾਂ ਦੀ ਪਿਕਚਰ ਤੁਸੀਂ ਅੱਗੇ ਦੇਖੀ ਹੋਏਗੀ। ਲੇਕਿਨ ਬਹੁਤ ਥੋੜ੍ਹੇ ਆਸੇ ਜਿਹਨਾਂ ਨੂੰ ਇਹ ਪਤਾ ਹੋਏਗਾ ਕਿ ਚਾਰ ਸੱਜਣ ਕੌਣ ਨੇ, ਇਹਨਾਂ ਦਾ ਸਾਡੀ ਕੌਮ ਨੂੰ ਕੀ ਯੋਗਦਾਨ ਸੀ, ਇਹਨਾਂ ਨੇ ਕੀ ਕੀਤਾ, ਕਿ ਜੋ ਇਹਨਾਂ ਨੇ ਕੀਤਾ ਕੌਮ ਵਾਸਤੇ ਸਾਰਥਕ ਸੀ। ਅਸੀਂ ਅੱਜ ਇਹ ਦੇਖਣਾ ਹੈ ਕਿ ਇਹ ਕੌਣ ਸਨ, ਇਹਨਾਂ ਨੇ ਕੀ ਕੀਤਾ, ਜੋ ਇਹਨਾਂ ਨੇ ਕੀਤਾ ਉਹਨੂੰ ਬੇਸ ਬਣਾ ਕੇ ਅਸੀਂ ਆਪਣੇ ਆਪ ਨੂੰ, ਕਿਉਂਕਿ ਬਹੁਤਾ ਸਾਰੀਆਂ ਸਟੇਜਾਂ ਦੇ ਉੱਤੇ ਅਸੀਂ ਪ੍ਰੋਬਲਮ ਦੀ ਡਿਸਕਸ ਕਰਕੇ ਚਲੇ ਜਾਂਦੇ ਹਾਂ। ਡਿਸਕਸ਼ਨ ਆਫ ਪ੍ਰੋਬਲਮ ਇਜ਼ ਨਾਟ ਅ ਸੋਲੂਸ਼ਨ। ਪ੍ਰੋਬਲਮ ਨੂੰ ਡਿਸਕਸ ਕਰੀ ਜਾਓ ਭਾਵੇਂ 2 ਮਹੀਨੇ ਬੈਠੇ ਲੱਗੇ ਰਹੋ ਇੱਥੇ। ਪ੍ਰੋਬਲਮ ਡਿਸਕਸ ਕਰਨਾ ਤਾਂ ਸੋਲੂਸ਼ਨ ਨਹੀਂ ਹੈ। ਹਾਂ, ਉਹ ਸੋਲੂਸ਼ਨ ਨੂੰ ਲੀਡ ਕਰ ਸਕਦੀਆਂ ਨੇ ਇਹ ਗੱਲ ਮੰਨਣ ਦੀ, ਲੇਕਿਨ ਅਸੀਂ ਕਦੀ ਸੋਲੂਸ਼ਨ ਨੂੰ ਲੀਡ ਕੀਤਾ ਹੀ ਨਹੀਂ। ਆ ਮੈਂ ਬੋਲ ਕੇ ਜਾਂਦਾ, ਮੇਰੇ ਮਗਰੋਂ 10 ਮਿੰਟ ਕੋਈ ਹੋਰ ਆ ਗਿਆ, ਉਹ ਵੀ ਪ੍ਰੋਬਲਮ ਡਿਸਕਸ ਕਰੇਗਾ, ਫਿਰ ਅਗਲੇ ਹਫ਼ਤੇ ਦੀਵਾਨ ਸਜੇਗਾ, ਤੁਸੀਂ ਵੀ ਆਓਗੇ, ਫਿਰ 10 ਮਿੰਟ ਪ੍ਰੋਬਲਮ ਦੀ ਡਿਸਕਸ਼ਨ ਹੋਏਗੀ। ਪਿਛਲੇ ਤਕਰੀਬਨ 150-200 ਸਾਲ ਤੋਂ ਪ੍ਰੋਬਲਮ ਡਿਸਕਸ ਹੋ ਰਹੀਆਂ ਨੇ, ਸੋਲੂਸ਼ਨ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ। ਸੋ ਅਸੀਂ ਦੇਖਣਾ ਹੈ ਕਿ ਜਿੱਥੇ ਇਹਨਾਂ ਨੇ ਪ੍ਰੋਬਲਮ ਦੀ ਡਿਸਕਸ਼ਨ ਕੀਤੀ, ਇਹਨਾਂ ਚਾਰ ਪਰਸਨੈਲਿਟੀਜ਼ ਨੇ ਨਾਲ ਸੋਲੂਸ਼ਨ ਦਿੱਤਾ, ਤੇ ਫਿਰ ਉਹ ਸੋਲੂਸ਼ਨ ਦੇ ਕੇ ਉਹਦੇ ਤੇ ਐਕਟ ਕੀਤਾ। ਮੈਂ ਤੁਹਾਨੂੰ ਅਲਜਬਰਿਕ ਐਕਸਪ੍ਰੈਸ਼ਨ ਦਾ ਫਾਰਮੂਲਾ ਦੱਸ ਦੋ, ਇਹ ਵੀ ਕੋਈ ਸੋਲੂਸ਼ਨ ਨਹੀਂ ਹੈ। ਮੈਂ ਤੁਹਾਨੂੰ ਕੱਢ ਕੇ ਦਿਖਾਵਾਂ, ਸਿਖਾਵਾਂ, ਬਹਿ ਕੇ ਪ੍ਰੈਕਟੀਕਲੀ ਕਰਕੇ ਦਿਖਾਵਾਂ ਇਹ ਸੋਲੂਸ਼ਨ। ਸੋ ਅਸੀਂ ਬਹੁਤਾ ਤਾਂ ਪ੍ਰੋਬਲਮ ਡਿਸਕਸ ਕਰਦੇ ਹਾਂ ਜਾਂ ਫਿਰ ਸੋਲੂਸ਼ਨ ਡਿਸਕਸ ਕਰਦੇ ਹਾਂ, ਤੇ ਜਿਹੜਾ ਪ੍ਰੈਕਟੀਕਲੀ ਸੋਲੂਸ਼ਨ ਨੂੰ ਆਪਣੇ ਲਾਈਫ ਦੇ ਵਿੱਚ ਜਿਹੜਾ ਵਾ ਉਹ ਅਪਲਾਈ ਨਹੀਂ ਕਰਦੇ। ਸੋ ਆਪਾਂ ਇਹਨਾਂ ਚੌ ਬਾਰੇ ਜਾਣਨਾ ਹੈ, ਤੇ ਸਿੰਘ ਸਭਾ ਲਹਿਰ, ਵੇਖੋ ਗੁਰਦੁਆਰਾ ਸਿੰਘ ਸਭਾ ਦੇ ਨਾਮ ਤੇ ਹੈ। ਹੁਣ ਆਮ ਕਰਕੇ ਰਵਾਇਤ ਪਾਈ ਜਾਂਦੀ ਵੀ ਜਿਹੜਾ ਸਿੰਘ ਸਭਾ ਗੁਰਦੁਆਰਾ ਜੱਟਾਂ ਦਾ ਹੁੰਦਾ ਜੀ, ਆਮ ਕਰਕੇ ਉਹ ਰਵਾਇਤ ਪ੍ਰਚਲਿਤ ਹੈ ਵੀ ਜਿਹੜਾ ਸਿੰਘ ਸਭਾ ਗੁਰਦੁਆਰਾ ਉੱਥੇ ਜੱਟ ਨੇ। ਹੁਣ ਅਸੀਂ ਇਹ ਦੇਖਣਾ ਵੀ ਸਿੰਘ ਸਭਾ ਜੱਟਾਂ ਦਾ ਗੁਰਦੁਆਰਾ ਹੈ ਕਿ ਸਿੰਘ ਸਭਾ ਦਾ ਇਤਿਹਾਸ ਆਪਣੇ ਆਪ ਦੇ ਵਿੱਚ ਏਡਾ ਲਸਾਨੀ ਇਤਿਹਾਸ ਹੈ ਜਿਹਨੂੰ ਬੇਸ ਬਣਾ ਕੇ, ਜਿਸ ਲਹਿਰ ਨੂੰ ਬੇਸ ਬਣਾ ਕੇ ਇਹ ਗੁਰਦੁਆਰੇ ਹੋਂਦ ਚ ਆਏ, ਇਹ ਨਾਮ ਹੋਂਦ ਵਿੱਚ ਆਏ। ਹੁਣ ਆਓ ਸ਼ੁਰੂ ਤੋਂ ਦੇਖੀਏ, ਗੁਰੂ ਨਾਨਕ ਪਾਤਸ਼ਾਹ ਜੀ ਇਸ ਦੁਨੀਆਂ ਤੇ ਆਏ,
गुरु नानक पातशाह जी तो मैं शॉर्ट के विच ले रहा, गुरु नानक पातशाह जी तो गुरु गोबिंद सिंह जी का सफर देख लिया। जो मैं आम करके गुरुद्वारे दे विच किते बोलन जाना हुंदा ना, जर्मन नॉर्वे आसे पासे जिथे भी वीर साधे ने, ते जदों मैनूं प्रबंधक वीर कहिंदे ने ना वी कंट्रोवर्शी की गल नहीं करनी, तो मैं हैरान हो जाता भी शायद इन्हां जपजी नहीं पढ़ी। जदों असीं गुरु नानक पातशाह की विचारधारा की गल करते हाँ, एक ओंकार इट सेल्फ इज ए कंट्रोवर्शी, एक ओंकार कंट्रोवर्सी हैगी है, एक ओंकार क्योंकि जदों बाबे ने एक ओंकार उचारिया उस टाइम ते 33 करोड़ देवी देवतियां नूं मन्निया जांदा सी, तां से मेरा गुरु नानक पातशाह जी वह योधा गुरु, वह क्रांतिकारी रेवोल्यूशनरी गुरु जिन्हें एक कह दिता। एक ओंकार अपने आप च कंट्रोवर्शी है, तुसीं किस कंट्रोवर्शी की गल करते हो? उस तो अगे आ जाओ, जपजी शुरू हुंदी है सोचे सोच ना हो गई सोच का खंडन, दूजी कंट्रोवर्शी चुपे चुप ना हो गई, तीसरी कंट्रोवर्शी कितों भजो सच सच होता है, कंट्रोवर्शी कंट्रोवर्शी होती है, सच बोलना है सिख ने कंट्रोवर्शी नहीं करनी। सो गुरु नानक पातशाह जी ने जो एक वाया उदो त्रिकुटी दे विचों त्रिकुटी का समेल मनिया जाता सी जिन्हों ब्रह्मा विष्णु ते महेश आखते हैं, इन्हों तो संसार की जिहड़ी पालन पोषण एक क्रिएटर सी एक डिमोलिश करता सी एक पालन पोषण करता सी, गुरु नानक पातशाह ने एक वार दिता एक माई जुगत व्याई तीन चेले परवान, खंडन किया ये विचारधारा गलत है, वो एक है जो सारे का पालन पोषण कर रहा है। जदों गुरु नानक पातशाह ने एक वाया 33 करोड़ देवी देवतियों का कथन, 33 करोड़ देवी देवते खंडन होए तब एक होंद चाया, असी उस एक दे पुजारी सां, अज दुर्गा च पै गए। जदों गुरु नानक पातशाह जी ने एक वाया उस एक नूं सिद्धांत बनाया, जे छे गुरुआं दी गुरु ग्रंथ साहिब च बाणी दर्ज है कि नानक नाम आउंदा है, नानक नाम क्यों, नानक दे देही दा नाम है, इहदा मतलब असीं देही दे पुजारी आ, जदों नानक नाम बाणी च आउंदा है, अज असीं कहिंदे असीं देहधारी गुरु नूं नहीं मन्नदे पर बाणी च नानक नाम आ रहा है इहदा मतलब असीं देही दे पुजारी आ, नहीं, नानक एक सिद्धांत सी, नानक उह सिद्धांत सी जिहदा बेस मंगलाचरण दी विचारधारा सी, जिहदा बेस एक ओंकार सी, उस विचारधारा नूं नानक दे नाम हेठ वरत्या गया। नानक तां साडे पिंड वी रहिंदा होंदा, उहनूं कोई नहीं मत्था टेकदा जा के, इह उह नानक सी जिहड़ा एक ओंकार तों पैदा होया। इस करके गुरबाणी दे विच जे छे गुरुआं ने बाणी उचारी है ते नानक नाम दी मोहर है, नानक एम है, नानक एक ऑब्जेक्टिव है, नानक साडा एक उह एम है जिहनूं असीं कंप्लीट जिहनूं असीं अचीव करना है। उसे नानक नाम का सफर, एक का सफर, एक मुख्तियारी का सफर गुरु गोबिंद सिंह पातशाह तक होया। तो जो खालसा शब्द वरत्या गया तो खालसा शब्द का अर्थ है खुद मुख्तियार, फिर उसे एक ओंकार रिपीट गुरु गोबिंद सिंह पातशाह जी ने किया कि खालसा खुद मुख्तियार है, खालसा खुद खुदाए है, कि खालसा खुद खुदा का रूप है, खालसे में किसी देवी देवते गाड़ी सीस नवाने की लोड़ नहीं। जदों मैं मोहसिन फानी दाबिस्तान मजाहब उहदी लिखत है उहदी लिखत पढ़ता ते मोहसिन फानी गुरु हरगोबिंद पातशाह जी का समकाली ये लिखता है कि जो नानक पंथी ने वो देवियां नूं नहीं पूजदे, जो नानक पंथी ने वो तीर्थां नूं नहीं पूजदे, जो नानक पंथी ने वो संस्कृत नूं अपनी देव भाषा नहीं मानते। आपां कंपैरिजन करना है अज आपां कित्थे खड़े, ज्यों ज्यों दास अगे वधेगा आपां इह देखणा ही कित्थे खड़े। मैं तुहानूं सुणाउण नहीं आया, मैं इत्थे 10 मिंट तुहानूं कहूंगा तुसीं मेरे मगर बोलो, मैं बाणी पढ़दा तुसीं मेरे मगर बोलो, बल्ले बल्ले करके चल जिहड़ा करां उस जगाउण आया। जिहड़ा बंदा जगाउण आवे उह पीड़ लगाउंदा, हमेशा जदों सुते बंदे नूं जगाओगे ना तुसीं लत्तां नूं मारेगा, तुहानूं पता होणा जिहदा वी तुसीं उहदा भला कर रहे, जे सुत्ता उठेगा ते घरदिआं वास्ते कोई कम्म कर करेगा। इस करके जे कोई गल लगे तुहानूं कि कौड़ी है गुरु दा शब्द शब्द समझ के रख लैणा, मेरी कौड़ी तो मैं हाथ से माफी की तो मंग लेना। अगे वधीए गुरु ग्रंथ साहब उस एक का सिद्धांत, एक दे विचार एक दे विचारे जी गुरु ग्रंथ साहब की विचारधारा को, जिन्ना फलसफा से गुरु दसा गुरु पातशाह 10 गुरु पातशाह का गुरु ग्रंथ साहब जो एक विचारधारा का धर्म है। एग्जाम्पल के तौर पर इन यूनीवर्सल क्यों कहने, अब मैथेमैटिक है ना, जो मैथेमैटिक इंग्लैंड के वो सेम मैथेमैटिक इंडिया के
मैथमेटिक यूनिवर्सल हो गया ना, पहला जनानिया का मैथमेटिक वखरा होता सी, मैथमेटिक यूनिवर्सल हो गया। जिहड़ी गूगल तुसीं इत्थे वरतनी है वह गूगल इंडिया वाले वरतदे ने, गूगल यूनिवर्सल हो गई ना। जिहड़ी बाणी असीं पढ़दे हैं यह दुनिया के लोगों वास्ते भी है, यह यूनिवर्सल है, लेकिन साडा असीं इन्ने बदनसीब हाँ कि असीं इसे यूनिवर्सल बना नहीं सके। असीं ब्लॉक ला दिता गुरुद्वारे के, यूनिवर्सल तक लैके नहीं गए, असीं यूनिवर्स तक लैके नहीं गए। सो उस एक भी विचारधारा गुरु ग्रंथ साहब के दर्ज किया। बाबा बंदा सिंह बहादुर का समा आया, उस एक भी विचारधारा बेस बना के राजनीतिक पक्ष से काम किया। जो राजनीतिक पक्ष से काम किया तो दसिया जिन्होंने असं खौपी शूद्र जाति कहने ना उन्होंने हथों राज करवाया, उन्होंने प्रैक्टिकल रूप करके भी दिखाया। एक कला फिलोसफा नहीं है, जो अभी फिलोसफी की गल करिए ना तो फिलोसफी के लेख ले लोग लिखते हैं, फिलोसफी क्यों कहते हैं, कोई भी फिलोसफर वन हू थिंक्स अबाउट फिलोसफी, जो फिलोसफी बारे सोचता है, विचार बारे सोचता है, कलम बंद कर देता है। गुरु ग्रंथ साहब की विचारधारा कोई इदा की फिलोसफी नहीं। जे गुरु पातशाह जी ने जे कोई बचन में लिखा है ना तो वह बचन जीवन चो प्रगट किया है। पहला एक तुरदा फिरदा फिलोसफा है साढ़े को, जिन्होंने असं अपने जीवन च लागू करके तो तुरते फिरते फिलोसफर बनना सी। गल्लां वाले ने, गल्लां वाले फिलोसफर तो बहुत ने, गल्लां वाले भी तुरते फिरते। मिसल का समा आया, एक हार्ड समा सी साढ़े ते, जो बंदा सिंह बहादुर के जाने बाद सिंह जंगलों के वंडे गए, मिसल के रूप में फिर एकत्र होए। उस टाइम सब तो पहला साडा एम की सी कि असं फिजिकल तौर पर अपने आप को सेव कर लीए, फिर सिद्धांतिक तौर पर अपने आप को सेव करने वास्ते उन्होंने बहुत जोर लाया, जिन्हें जो सन लाया, लेकिन अटैक होंगे सन उत्थे। जपजी का पाठ सुन नहीं सौते मुगल, ना सुखमणी का पाठ सुन वास्ते आते सन उत्थे, उन्होंने लड़ना पैदा सी। इस करके इस पक्ष पर ज्यादा जोर लाया, हौली 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 सिद्धांतिक पक्ष को सिख जोर देते गए। महाराजा रणजीत सिंह का समा आया, उस टाइम से बेशक सब एक पंजाब का राज लागू हो गया, लेकिन गुरमत के तौर पर असं फिर भी अधीन सी। क्यों? क्योंकि साडा बड़ा विछोड़ा पै चुका सी बंदा सिंह बहादुर के जाने बाद, मिसलों के समय में बहुत सा ध्यान नहीं दिता गया, अभी अपनी सुरक्षा की। महाराजा रणजीत सिंह के समय तक बेशक गुरुद्वारों के पैसे ला दिए गए, महाराजा रणजीत सिंह वर्गियों ने बड़े पैसे दरबार साहब के नाम से लवा दिए, लेकिन गुरमत के तौर पर असं अधीन से, निर्मलिया के अदासियां के अधीन राज से। उन्होंने जान तो बाद जो रणजीत सिंह का राज खत्म हो गया, अंग्रेजों ने दसों साल 1839 रणजीत सिंह चुनाव दसों साल राज खत्म हो जाता है। साडा क्यों खत्म हो जाता है? साड़ी अपनी सिद्धांतिक कमजोरी से, सानू पता ही नहीं इस हिस्सा बना चाहता है। अभी अब भी गल करते हैं, बयान करके खुल के गल कही अच्छे ही गल करते हैं खालिस्तान। मन लो जिन्हें तुम बैठे जी, मन लो मेरे हाथ की पावर है, फॉर एग्जाम्पल मैं तुम खालिस्तान देना तुम्हें डर के मर जाऊंगा। क्यों? क्योंकि खालिस्तान सामने वास्ते खालिस्तानी सोच नहीं है साढ़े को, जिन्ना चिर साढ़े अंदर खालिस्तानी सोच नहीं काम करेगी असं राज नहीं सौंप सकते। सो इस करके 1839 तो सिर्फ 39 साल के कुछ महीनों का राज है, उस तो बाद डोगियां ने यह भरम चक्कर चलाया, कुछ समय के राज खत्म हो गया, अंग्रेजों का राज आ गया, अंग्रेजों ने अपने वश कर लिया, सिखी के सिद्धांतक हमले किए, निर्मले आदासियों ने खुल के कयाशी की, क्योंकि महाराजा रणजीत सिंह ने बड़े पैसे लवा दिते सी इन्हां दे नाम ते, बड़े पैसे लवा दिते सी गुरुद्वारों के नाम से, गुरुधामों के नाम से, इन्हां ने खुल के कयाशी की। देहधारी गुरु दम 1850 दे विच सिखरां ते सी, बेदी भले जिन्हें भी गुरु पातशाह जी की कुल के सन, हर एक बंदा गुरु बन के बैठ गया, जो तो अब सब तो बन के बैठ जा रहा है, उदो गुरु बन के बैठ जाते सर। हम गुरु शब्द बदनाम हो गया, गुरु का बदनाम हो गया ना, कि ये देहधारी गुरु होंदा नहीं, यह मन लिया सारे ने, तकरीबन सारे ने मन लिया, हूँ नवा बदलवा रूप आ गया सब शब्द। मैं अब जिद से नहीं बोलना, जिद बहुत बड़ा दास ने बोलिया है वैबसाइट के उत्ते, साडे वीडियो भी जाओगे पाइया वीडियो। गुरु शब्द वरत्या गया, इन्हू इस तरीके वरत्या गया कि अलग अलग डेरे लग गए। 9 फरवरी 1852 चर्च मिशनरी एसोसीएशन जी भारत के 9 फरवरी 1852 ने इन्हों का अंग्रेजों की एक नीति है कि जदों तुम किसी को ज्यादा चिर गुलाम बनाना है, इन्हों कलाकृतियां खोलो, इन्हों विद्यक जो इन्हों का सोर्स ऑफ इनफॉर्मेशन है ना, जो सानू
मनोबल दिता है सिद्धांतक तौर पर, जिहड़ा सानू दिशा दिता है राजनीतिक तौर पर, इन्हों का सोर्स ऑफ इनफॉर्मेशन जो अबॉलिश करते हैं, खंडन करते हैं। सो अंग्रेजा ने उस काम को सिरे चढ़ने वास्ते उन्होंने मिशनरी एसोसीएशन इंडिया खोलिया, पंजाब खोलिया, तिना उन्हों का क्रिश्चियन मिशनरियों का तिना साल काम देख लो, 375 पिंड ने 27,000 श्रद्धालु जो पैदा कर दिए, सिख कन्वर्ट हो गए, सिखी कन्वर्ट होनी शुरू हो गई, कुछ दयानंद वाले कढ़ के लै गए, कुछ क्रिश्चियन मिशनरी ने मार दिता। आर्यन लहर जोरों पर उस टाइम दयानंद का जोर से गल ना प्रभावित करता से अगले उस हिपोटाइज हो जाते सर सा, क्योंकि असं सिद्धांतक तौर पर मजबूत नहीं सर, कुछ आर्या समाजी हो गए, कुछ क्रिश्चन बनते गए, यह साड़ी हालात रही। पॉपुलेशन जी सिखी की दिनों दिन घटती गई, सिखा की गिनती जो सिख जो सिख राज पंजाब राज जो कहेंगे रणजीत सिंह जी का उस टाइम पर 1 करोड़ के लगभग से, तो तुम 32 साल का देख लो समा 32 साल 18,53,428 तकरीबन 80 लाख तकरीबन 82 लाख का 82 लाख सिखी छड़ गए, आई गिनती रह गई। 1868 ईस्वी अमृतसर जिहड़ा कि एक गुरु का टाउन से, अमृतसर जिथे कि सिखी का एक केंद्र से, 1868 ईस्वी के उत्थे एक दम फौल आया, उत्थे सिखी के पार्टी हो गए लोग, देख लो फिक्र तुहाडे सामने। और सिंह सभा लहर जिहदी असीं जिस नाम से गुरद्वारा है, जिस नाम से अनेक गुरुद्वारे ने इंग्लैंड की धरती से, जिस नाम से अनेक गुरुद्वारे ने अमेरिका, जिथे भी असीं जाते हैं, जिथे जिथे भी निशान साहब झूलते हैं उत्थे तुहानूं सिंह सभा नाम तो गुरुद्वारे मिलते हैं। हुण सिंह सभा लहर की लोड़ किवें महसूस किवें होनी चाहिए, महाराजा कपूरथला कंवर बिक्रम सिंह उहदा भतीजा ईसाई बन गया, जदों बड़े बड़े रजवाड़िया वाले अपने धर्म छड्ड के क्रिश्चन बनने शुरू हो गए, लोगों के दिल टुट गए। 1873 ईस्वी के अमृतसर मिशन स्कूल के 4 बच्चों ने खुले आम ऐलान कर दिता कि असीं क्रिश्चन बन जा रहे हैं, जदों उन्होंने ये गल की मापिया के हिरदे लुंभ गए कि साडे बच्चे क्रिश्चन बन गए, साडे बच्चे हुण क्रिश्चन बन जाएंगे, उन्होंने खुले आम ऐलान किया। तुहां निकल गई लोगों दी, कुछ जा कुछ बंदियां ने सियाणियां बंदियां ने जाके उन्होंने समझाया कि तुसीं इदां ना करो, उन्होंने वरा लिया गया, मन गए, लेकिन मुश्किल अजे भी खड़ी सी, मुश्किल अज भी उत्थे खड़ी सी कि लोग दिनों दिन धर्म तब्दील कर रहे सन। पंडित शरदा राम फिलौरी ये एक अंग्रेजों का चापलूस सी, जिन्हें शरदा राम फिलौरी ने जदों दरबार साहब के नाल गुरु के बाग अमृतसर गुरु के बाग में जाके कथा की, गुरु पातशाह जी वास्ते बड़े मंदभागे शब्द वरते, गुरु पातशाह जी वास्ते बहुत मंदभागे शब्द वरते, उस समय से अजे 4 जिहड़े बच्चे अपने आप को धर्म तब्दील कर रहे सन वह अग नहीं सी ठंडी हुई, दोबारा एक होर अग बल गई। उदों कुछ सूझवान सज्जणा ने यह गल की यह काम कदों तक चलेगा, असं जथेबंधक नहीं हाँ, अभी भी साढ़े नाल इहो ही हो रहा है, असं जथेबंधक नहीं हाँ। उन्होंने एक इकट्ठ का ऐलान किया अमृतसर के, वह इकट्ठ होया जिदे महाराजा बिक्रम सिंह, खेम सिंह बेदी, ठाकर सिंह संधेवाल ये अगवाई हेठ इकट्ठ होया, उत्थों फिर एक लहर होंद चाई जिहदा नाम सिंह सभा लहर रखा गया। वह सिंह सभा लहर जो होंद चाई उन्होंने सब तो पहले सोचा भी प्रचार किया जाए, प्रचार किया बड़ा करके उन्होंने, लेकिन मुश्किल की सी जो साड़ी अज बहुती गुरुद्वारों के भी साड़िया बड़िया बड़िया संस्थावां साडे विचार ही नहीं मिलते। जिहड़ा खेम सिंह बेदी सी वह बेदी वंश चों सी, उहदे अंदर कोई ना कोई भावना छुपी सी मैं इस लहर का फायदा लैके अपने आप को मत्था टेकवा, इस लहर का फायदा लैके उन्हें अपना देहधारी गुरु का वचन रखे। ठाकर सिंह संधेवाल बड़े कर्म सुभा का सी, वह कहता भी अंग्रेजों अज कर दो बात, बंदा बड़ा कमाल का सी वैसे, लेकिन विचारधारा आपस तिना भी नहीं सकते। तो जो महाराजा बिक्रम सिंह से सुधारवादी सर, इन तिना की विचारधारा नहीं समझती, इस करके 2 साल काम के शुरू हो गया। फिर भी होया एक वड्डी वड्डी लहर होनी चाहिए, लेकिन 2 साल काम इन्ना ठंडा पै गया, पासा फिर टुटनिया शुरू हो गया। उस टाइम जोधा उठाया,
ਜਿਹਨੂੰ ਅਸੀਂ ਅਜੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਮ ਨਾਲ ਜਾਣਦੇ। ਜਦੋਂ ਸਿੰਘ ਸਭਾ ਲਹਿਰ ਹੋਣ ਚ ਆਈ 1873 ਈਸਵੀ ਦੇ ਵਿੱਚ, ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਕਾਲਜ ਦੇ ਵਿੱਚ ਪੜ੍ਹਦੇ ਸਨ, ਆਪਣੀ ਗ੍ਰੈਜੂਏਸ਼ਨ ਦਾ ਇਹਨਾਂ ਨੇ ਦਾਖਲਾ ਲਿਆ ਸੀ, ਗ੍ਰੈਜੂਏਸ਼ਨ ਕਰ ਰਹੇ ਸਨ। ਤੇ ਇਹ ਕੰਵਰ ਵਿਕਰਮ ਸਿੰਘ ਜਿਹੜੇ ਇਹਨਾਂ ਨੂੰ ਸਪੋਂਸਰ ਕਰਦੇ ਸਨ ਪੜ੍ਹਾਈ ਵਾਸਤੇ, ਉਹਨਾਂ ਨੇ ਬਹੁਤ ਪੜ੍ਹਦੇ ਸੀ ਇਹਨਾਂ ਦੇ। ਉਹਦਾ ਕਾਰਨ ਇਹ ਸੀ ਵੀ ਇਹਨਾਂ ਦਾ ਪਿਤਾ ਸ਼੍ਰੀ ਜਿਹੜੇ ਸਨ ਉੱਥੇ ਜੋਬ ਕਰਦੇ ਸਨ, ਉਹਨਾਂ ਦੇ ਇੰਪਲੋਈ ਸਨ। ਜਨਮ ਇਹਨਾਂ ਦਾ 1849 ਈਸਵੀ ਚ ਹੋਇਆ। ਕੰਵਰ ਵਿਕਰਮ ਸਿੰਘ ਵੱਲੋਂ ਇੰਨੇ ਇੰਟੈਲੀਜੈਂਟ ਸਨ ਕਿ ਕੰਵਰ ਵਿਕਰਮ ਸਿੰਘ ਵੱਲੋਂ ਇਹਨਾਂ ਨੂੰ ਆਫਰ ਆਏ ਵੀ ਤੁਸੀਂ ਵਕੀਲ ਬਣ ਜਾਓ, ਮੈਂ ਤੁਹਾਨੂੰ ਜਿਹੜੀ ਸਕਾਲਰਸ਼ਿਪ ਦਿੰਦਾ ਤੁਹਾਨੂੰ ਮੈਂ ਸਪੋਂਸਰ ਕਰ ਲਿਆ। ਲੇਕਿਨ ਇਹਨਾਂ ਨੇ ਦੇਖਿਆ ਵੀ ਸਿੰਘ ਸਭਾ ਲਹਿਰ ਜਿਹੜੀ ਆ ਪੀਟਰ ਵਿੱਚ ਆ ਗਈ ਹੈ ਕਿ ਮੈਂ ਵਕੀਲ ਬਣ ਕੇ ਕਰ ਲਾਂ ਜੇ ਮੇਰੀ ਕੌਮ ਨਾ ਰਹੀ। ਫਿਰ ਇੱਕ ਗੋਰਾ ਸੀ, ਬੜੇ ਤਕੜੇ ਆਰਟਿਸਟ ਸਨ, ਤਸਵੀਰ ਖਿੱਚ ਦਿੰਦੇ ਸਨ, ਬੈਠੇ ਬੰਦੇ ਦੀ ਤਸਵੀਰ ਵਾਹ ਦਿੰਦੇ ਸਨ। ਇੱਕ ਗੋਰੇ ਦੀ ਸੀ ਪਰਸਨ ਦੀ ਇਹਨਾਂ ਨੇ ਤਸਵੀਰ ਵਾਹੀ, ਉਹ ਇੰਨਾ ਪ੍ਰਸੰਨ ਹੋਇਆ, ਉਹਨੇ ਇਹਨਾਂ ਨੂੰ ਆਫਰ ਦਿੱਤੀ ਤੁਹਾਨੂੰ ਮੈਂ ਇੰਜੀਨੀਅਰਿੰਗ ਕਰਾਉਣਾ। ਤੇ ਜਦੋਂ ਇਹ ਸਿੰਘ ਸਭਾ ਦੇ ਵਿੱਚ ਆਏ ਨੇ, ਉਸ ਟਾਈਮ ਇਹਨਾਂ ਦੀ ਜਿਹੜੀ ਗ੍ਰੈਜੂਏਸ਼ਨ ਹੈ ਉਹ ਕੰਪਲੀਟ ਨਹੀਂ ਸੀ ਹੋਈ, ਪੜ੍ਹਾਈ ਛੱਡ ਆਏ। ਪੜ੍ਹਾਈ ਛੱਡ ਕੇ ਸਿੰਘ ਸਭਾ ਲਹਿਰ ਦੇ ਵਿੱਚ ਆ ਗਏ। ਸਿੰਘ ਸਭਾ ਲਹਿਰ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਨੇ 1881 ਦੇ ਵਿੱਚ ਲਹਿਰ ਦੇ ਵਿੱਚ ਰਹਿੰਦਿਆਂ ਕਾਲਜ ਦੇ ਪ੍ਰੋਫੈਸਰ ਕਾਲਜ ਦੇ ਵਿੱਚ ਪੜ੍ਹਾਉਂਦਿਆਂ ਇਹਨਾਂ ਨੇ ਫਿਰ ਮੈਥ ਦੇ ਵਿੱਚ ਆਉਣਾ ਸੀ, ਫਿਰ ਇਹ ਪ੍ਰੋਫੈਸਰ ਬਣਿਆ। 70 ਰੁਪਏ ਇਹਨਾਂ ਦੀ ਤਨਖਾਹ ਸੀ ਉਸ ਟਾਈਮ। ਤੇ ਪਹਿਲੀ ਸ਼ਾਦੀ, ਜਿਹੜਾ ਪਹਿਲਾ ਇਹਨਾਂ ਦਾ ਵਿਵਾਹ ਹੋਇਆ ਸੀ, ਇਹਨਾਂ ਦੇ ਘਰ ਵਾਲੇ ਚੱਲ ਵਸੇ, ਦੂਸਰਾ ਵਿਵਾਹ ਕਰਾਇਆ, ਕੋਈ ਬੱਚਾ ਨਹੀਂ ਸੀ। 70 ਰੁਪਏ ਦੇ ਨਾਲ ਜਿੰਨੀ ਲੋੜ ਸੀ ਵਰਤ ਲੈਂਦੇ ਸਨ, ਬਾਕੀ ਬੱਚਿਆਂ ਨੂੰ ਪੜ੍ਹਾ ਦਿੰਦੇ ਸਨ। ਇਹਨਾਂ ਨੇ ਜਦੋਂ ਸਿੰਘ ਸਭਾ ਲਹਿਰ ਜੁਆਇਨ ਕੀਤੀ, ਸਭ ਤੋਂ ਪਹਿਲਾਂ ਜਿਹੜੇ ਪ੍ਰਸਤਾਵ ਰੱਖੇ ਕੰਵਰ ਵਿਕਰਮ ਸਿੰਘ ਵਾਲੀ ਖਾਤਾ ਸਿੰਘ ਸਿੰਘ ਦੇ ਵਾਲੇ ਗਏ। ਇਹਨਾਂ ਨੇ ਪ੍ਰਸਤਾਵ ਰੱਖੇ ਵੀ ਕਿਵੇਂ ਆਪਣੀ ਕੌਮ ਨੂੰ ਸੰਭਾਲਿਆ ਜਾ ਸਕਦਾ ਹੈ। ਇਹ ਪੁਆਇੰਟ ਬੜੇ ਕੀਮਤੀ ਨੇ ਸੁਣਨ ਵਾਲੇ ਨੇ। ਸਭ ਤੋਂ ਪਹਿਲਾਂ ਕਿਹਾ ਵੀ ਪੰਜਾਬੀ ਬੋਲੀ ਚ ਕੌਮੀ ਸਾਹਿਤ ਪੈਦਾ ਕੀਤਾ ਜਾਵੇ। ਸਾਡੇ ਕੋਲ ਕੌਮੀ ਸਾਹਿਤ ਨਹੀਂ ਸੀ, ਅਸੀਂ ਕੀ ਪੜ੍ਹੀਏ, ਸਾਡਾ ਕੋਈ ਸੋਰਸ ਆਫ ਇਨਫੋਰਮੇਸ਼ਨ ਹੋ। ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਅਰਥ ਬਹੁਤ ਸਮਝ ਨਹੀਂ ਸਿਖਾਉਂਦੇ। ਸਿੱਖਾਂ ਨੂੰ ਧਾਰਮਿਕ ਵਿਦਿਆ ਦੇਣੀ ਸ਼ੁਰੂ ਕੀਤੀ ਇਹਨਾਂ ਨੇ, ਕਿ ਧਾਰਮਿਕ ਵਿਦਿਆ ਵਾਸਤੇ ਅਦਾਰੇ ਖੋਲ੍ਹੇ ਜਾਣ। ਤੀਸਰਾ, ਉਹਨਾਂ ਨੇ ਐਜੂਕੇਸ਼ਨ ਦੇ ਪੱਖ ਦੇ ਉੱਤੇ ਪ੍ਰਸਤਾਵ ਰੱਖਿਆ ਵੀ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ ਜਾਵੇ। ਅਸੀਂ ਪੜ੍ਹਾਈ ਦੇ ਤੌਰ 'ਤੇ ਪਿੱਛੇ ਰਹਿੰਦੇ ਜਾਂਦੇ ਹਾਂ, ਜਿੰਨਾ ਚਿਰ ਅਸੀਂ ਐਜੂਕੇਸ਼ਨ ਦੇ ਤੌਰ 'ਤੇ ਅੱਗੇ ਨਾ ਆਏ, ਅਸੀਂ ਆਪਣੇ ਹੱਕ ਆਪਣੀ ਲੜਾਈ ਨਹੀਂ ਕਰ ਸਕਦੇ। ਫਿਰ ਜਿਹੜੀ ਕਨਵਰਸ਼ਨ ਹੋ ਰਹੀ ਸੀ, ਧਰਮ ਤਬਦੀਲ ਹੋ ਰਿਹਾ ਸੀ, ਕ੍ਰਿਸਚਨ ਬਣ ਰਹੇ ਸਨ, ਹਿੰਦੂਆਂ ਦੇ ਵਿੱਚ ਤਬਦੀਲ ਹੋ ਰਹੇ ਸਨ ਸਾਡੀ ਕੌਮ, ਇਹਨਾਂ ਨੇ ਉਸ ਕਨਵਰਸ਼ਨ ਨੂੰ ਰੋਕ ਲਾਉਣ ਵਾਸਤੇ ਵੱਧ ਤੋਂ ਵੱਧ ਪ੍ਰਚਾਰ ਸ਼ੁਰੂ ਕੀਤਾ। ਸਿੱਖ ਲਿਟਰੇਚਰ ਤੇ ਪੰਜਾਬੀ ਪੱਤਰਕਾਰੀ ਦੇ ਵਿੱਚ ਪ੍ਰਿੰਟ ਮੀਡੀਆ ਹੋਂਦ ਵਿੱਚ ਰਹਿੰਦਾ ਸੀ। ਇਹ ਇਹਨਾਂ ਦਾ ਉਸ ਟਾਈਮ ਪ੍ਰਸਤਾਵ ਰੱਖਿਆ ਗਿਆ ਜੋ ਕੰਵਰ ਵਿਕਰਮ ਸਿੰਘ ਦੇ ਵਾਲੀ, ਜੋ ਸਿੰਘ ਸਭਾ ਲਹਿਰ ਅੰਮ੍ਰਿਤਸਰ ਦੇ ਮੋਢੀ ਸਨ। ਇਹ ਦੂਸਰੀ ਪਰਸਨੈਲਿਟੀ ਜਿਹਨਾਂ ਨੂੰ ਅਸੀਂ ਗਿਆਨੀ ਜਿੱਤ ਸਿੰਘ ਦੇ ਨਾਮ ਤੇ ਜਾਣਦੇ ਹਾਂ। ਗਿਆਨੀ ਜਿੱਤ ਸਿੰਘ ਸਿੰਘ ਸਭਾ ਲਾਹੌਰ 1879 ਦੇ ਵਿੱਚ ਵੀ ਬਣੇ, ਕਿਉਂਕਿ ਇੱਕ ਲੋੜ ਮਹਿਸੂਸ ਹੋਈ। ਸਿੰਘ ਸਭਾ ਅੰਮ੍ਰਿਤਸਰ ਬਣਨ ਤੋਂ ਬਾਅਦ ਇੱਕ ਲੋੜ ਮਹਿਸੂਸ ਹੋਈ ਵੀ ਲਾਹੌਰ ਦੇ ਵਿੱਚ ਪਾਪੂਲੇਸ਼ਨ ਬਹੁਤ ਹੈ, ਉੱਥੇ ਵੀ ਇਹ ਲਹਿਰ ਹੋਣ ਚਾਹੀਦੀ ਚਾਹੀਦੀ ਹੈ। ਉਹ ਫਿਰ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਨੇ ਉਹ ਲਹਿਰ ਹੋਣ ਚ ਲਿਆਉਂਦੀ, ਜਿਹਦੇ ਵਿੱਚ ਸ਼ਾਮਲ ਹੋਏ ਗਿਆਨੀ ਜਿੱਤ ਸਿੰਘ ਆ ਕੇ। ਗਿਆਨੀ ਜਿੱਤ ਸਿੰਘ ਦਯਾਨੰਦ ਦੇ ਆਰਿਆ ਸਮਾਜੀ ਦੇ ਪ੍ਰਚਾਰਕ ਸਨ, ਪਹਿਲਾਂ ਦਯਾਨੰਦ ਨਾਲ ਕੰਮ ਕਰਦੇ ਹੁੰਦੇ ਸਨ। ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ, ਇਹਨਾਂ ਨੇ ਇਹਨਾਂ ਦੇ ਕੰਸੈਪਟ ਨੂੰ ਕਲੀਅਰ ਕੀਤਾ ਤੇ ਇਹਨਾਂ ਨੇ ਖੰਡੇ ਬਾਟੀ ਦੀ ਬਹੁਤ ਸ਼ਿਕਾਇਤ ਗਿਆਨੀ ਜਿੱਤ ਸਿੰਘ। 6 ਸਤੰਬਰ 1901 ਦੇ ਵਿੱਚ ਸਿੰਘ ਸਭਾ ਲਹਿਰ ਲਾਹੌਰ ਦੇ ਮੋਢੀ ਵਿਦਾਇ ਨੇ। ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਨੇ ਗਿਆਨੀ ਜਿੱਤ ਸਿੰਘ। 71 ਪੁਸਤਕਾਂ ਲਿਖੀਆਂ ਨੇ ਇਹਨਾਂ ਨੇ, 71 ਪੁਸਤਕਾਂ ਦੇ ਲਿਖਾਰੀ ਨੇ। ਤੇ ਸਵਾਮੀ ਦਯਾਨੰਦ ਜੀ ਦੇ ਨਾਂ ਤੇ ਅੱਜ DAV ਸਕੂਲ, DAV ਕਾਲਜ ਹਿੰਦੁਸਤਾਨ ਦੇ ਵਿੱਚ ਜਾਓਗੇ ਤੁਹਾਨੂੰ ਮਿਲ ਜਾਣਗੇ। ਇਹ ਉਹ ਦਯਾਨੰਦ ਹੈ ਜਿਹਨੂੰ ਗਿਆਨੀ ਜਿੱਤ ਸਿੰਘ ਨੇ 3 ਵਾਰਾਂ ਸੰਵਾਦ ਦੇ ਵਿੱਚੋਂ ਹਰਾਇਆ ਸੀ। 3 ਵਾਰਾਂ ਸੰਵਾਦ ਹੋਇਆ ਸੀ ਉਸ ਬੰਦੇ ਦੇ ਨਾਲ, ਤੇ 3 ਵਾਰਾਂ ਉਹ ਬਹਿਸ ਛੱਡ ਕੇ ਭੱਜ ਗਿਆ ਸੀ। ਅੱਜ ਜਿਹੜੇ ਹਾਰਨ ਵਾਲੇ ਨੇ ਉਹਨਾਂ ਦੇ ਨਾਂ ਤੇ ਤਕਰੀਬਨ ਮੋਰ ਦੈਨ 650 ਤੋਂ ਅਦਾਰੇ ਨੇ ਹਿੰਦੁਸਤਾਨ ਦੇ ਵਿੱਚ ਗਿਆਨੀ ਦਯਾਨੰਦ ਦੇ ਨਾਮ ਤੇ, ਤੇ ਗਿਆਨੀ ਜਿੱਤ ਸਿੰਘ ਦਾ ਨਾਮ ਕਿਹਨੂੰ ਪਤਾ। ਉਹ ਬੰਦਾ ਸਿੱਖੀ ਦੇ ਫਲਸਫੇ ਤੇ ਅਟੈਕ ਕਰਦਾ ਸੀ ਤੇ ਗਿਆਨੀ ਜਿੱਤ ਸਿੰਘ ਹੋਣਾ ਨੇ ਉਹਨਾਂ ਦਾ ਜਵਾਬ ਦੇ ਕੇ 3 ਵਾਰਾਂ ਬਕਾਇਦਾ ਸੰਗਤ ਦੇ ਵਿੱਚ ਭਜਾਇਆ ਉਹਨੂੰ, ਤੇ ਹਾਰਨ ਵਾਲੇ ਨੂੰ ਵਾਲੇ ਦੇ ਨਾਂ ਤੇ 650 ਉਦਾਰਿਆ ਤੇ ਅਸੀਂ ਆਪਣੇ ਹੀਰੇ ਨੂੰ ਸਾਂਭੇ। ਸਾਨੂੰ ਪਤਾ ਹੀ ਨਹੀਂ ਵੀ ਗਿਆਨੀ ਜਿੱਤ ਸਿੰਘ ਕੌਣ। ਪੰਜਾਬੀ, ਹਿੰਦੀ, ਉਰਦੂ, ਫਾਰਸੀ, ਅਰਬੀ, ਅੰਗਰੇਜ਼ੀ ਇੰਨੀਆਂ ਭਾਸ਼ਾਵਾਂ ਹੁੰਦੀਆਂ ਸਨ, ਇੰਨੇ ਚੰਗੇ ਲਿੰਗੁਇਸਟਿਕ ਸਨ। ਹੁਣ ਵੇਖੋ ਜਿਹੜਾ ਇਹਨਾਂ ਦੋਨਾਂ ਸ਼ਖਸੀਅਤਾਂ ਨੇ ਕੰਮ ਕੀਤਾ ਹੈ, ਜਾਂ ਇਹਨਾਂ ਦੇ ਨਾਲ ਗਿਆਨੀ ਜਵਾਹਰ ਸਿੰਘ
ਹਰਸਾ ਸਿੰਘ ਤਰਨ ਤਰਨ ਵਾਲੇ ਜਿੰਨੀ ਵੀ ਟੀਮ ਸੀ ਜਿਹੜਾ ਇਹਨਾਂ ਨੇ ਕੰਮ ਕੀਤਾ ਉਹਦਾ ਛਿੱਟਾ ਕੀ ਨਿਕਲਿਆ, ਉਹਦਾ ਕਨਕਲੂਜਨ ਕੀ ਹੈ? 1877 ਈਸਵੀ ਦੇ ਯੂਨੀਵਰਸਿਟੀ ਓਰੀਐਂਟਲ ਕਾਲਜ ਦੇ ਵਿੱਚ ਪੰਜਾਬੀ ਸਬਜੈਕਟ ਲਾਗੂ ਕਰਵਾ ਦਿੱਤਾ ਪ੍ਰੋਫੈਸਰ ਗੁਰਮੁਖ ਸਿੰਘ ਨੇ। ਪੰਜਾਬੀ ਸਬਜੈਕਟ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਲਾਗੂ ਹੋਇਆ ਸੀ ਉਸ ਟਾਈਮ 1880 ਤੋਂ 1886 ਦੇ ਵਿੱਚ। ਪ੍ਰਿੰਟ ਮੀਡੀਆ ਹੋਂਦ ਵਿੱਚ ਲਿਆਂਦਾ ਗਿਆ ਤਾਂ ਕਿ ਤੁਹਾਡੀ ਗੱਲ ਲੋਕਾਂ ਤੱਕ ਪਹੁੰਚ ਸਕੇ। ਆ ਪੰਜ ਰਸਾਲੇ ਨੇ ਗੁਰਮੁਖੀ ਅਖਬਾਰ, ਵਿਦਿਆਰਕ ਪੰਜਾਬ ਰਸਾਲਾ, ਸੁਧਾਰਕ ਖਾਲਸਾ ਗਜਟ, ਖਾਲਸਾ ਅਖਬਾਰ। 1892 ਦੇ ਵਿੱਚ ਖਾਲਸਾ ਕਾਲਜ ਦੀ ਹੋਂਦ ਵਿੱਚ ਲਿਆਂਦਾ ਗਿਆ। 1892 ਦੇ ਵਿੱਚ ਖਾਲਸਾ ਕਾਲਜ ਹੋਂਦ ਵਿੱਚ ਆਇਆ ਤੇ ਜਿਹਦੇ ਵਾਸਤੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਨੇ ਜੀ ਜਾਨ ਨਾਲ ਜਿਹੜੇ ਆ ਫੰਡ ਇਕੱਠੇ ਕੀਤੇ ਤੇ ਉਹਦੇ ਫੰਡ ਇਕੱਠੇ ਕਰਦੇ ਹੋਏ ਪ੍ਰੋਫੈਸਰ ਗੁਰਮੁਖ ਸਿੰਘ ਚੜ੍ਹਾਈ ਕਰਕੇ 1898 ਦੇ ਵਿੱਚ ਗੁਰਦੁਆਰਿਆਂ ਦੇ ਪੁਜਾਰੀ ਸਨ ਜਿਹੜੇ ਉਹਨਾਂ ਦਾ ਸੁਧਾਰ ਕੀਤਾ ਗਿਆ, ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਜਿੰਨੇ ਵੀ ਸਨ ਪੁਜਾਰੀ ਸਨ ਨਿਰਮਲੀ ਤੇ ਉਦਾਸੀਆਂ ਦੇ ਅੰਡਰ ਸਨ, ਉੱਥੇ ਬਹੁਤਾ ਕੋਈ ਗੁਰਮਤ ਦਾ ਪ੍ਰਚਾਰ ਨਹੀਂ ਸੀ ਹੁੰਦਾ। ਸੋ ਇਹਨਾਂ ਨੇ ਉਹਨਾਂ ਦਾ ਸੁਧਾਰ ਕਰਨ ਵਾਸਤੇ ਵੱਖ ਵੱਖ ਜਿਹੜੇ ਮੰਨੇ ਰੱਖੇ। ਕਨਕਲੂਜਨ ਵੇਖੋ ਛਿੱਟਾ ਕੇ ਨਿਕਲਿਆ, ਸਿੱਖ ਸਿਧਾਂਤ ਦੀ ਚਮਕ, ਕਿਉਂਕਿ ਕਿਤਾਬਾਂ ਹੋਂਦ ਚ ਲਿਆਂਦੀਆਂ ਗਈਆਂ, ਵੱਖ ਵੱਖ ਪ੍ਰਿੰਟ ਮੀਡੀਆ ਦੇ ਰਾਹੀਂ ਲੇਖ ਲਿਖੇ ਗਏ ਤੇ ਸਿੱਖ ਸਿਧਾਂਤ ਚਮਕਣਾ ਸ਼ੁਰੂ ਹੋ ਗਿਆ। 1887 ਵਿੱਚ ਹਮ ਹਿੰਦੂ ਨਹੀਂ ਭਾਈ ਕਾਨ ਸਿੰਘ ਆਪਾਂ ਨੇ ਜਿਹੜੀ ਪੁਸਤਕ ਲਿਖੀ ਉਹਦੇ ਵਿੱਚ ਖੁੱਲ੍ਹ ਕੇ ਦੱਸਿਆ ਗਿਆ ਕਿ ਸਿੱਖ ਇੱਕ ਆਜ਼ਾਦ ਹਸਤੀ ਹੈ। 1905 ਵਿੱਚ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਚੁਕਾਈਆਂ ਭਾਈ ਕਾਨ ਸਿੰਘ ਨਾਲ ਬਚੀਆਂ। ਮਿਸਟਰ ਕਿੰਗ ਡਿਪਟੀ ਕਮਿਸ਼ਨਰ ਸੀ, ਉਹਦੇ ਨਾਲ ਗੱਲ ਕਰਕੇ ਨਾ ਪਿਆਰੀ ਰਾਜੇ ਡਿਸਪੂਟ ਨਾਲ ਉਹਦੇ ਨਾਲ ਗੱਲ ਕਰਕੇ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਚੁਕਾਈਆਂ ਗਈਆਂ। 1905 ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉੱਥੇ ਮੂਰਤੀਆਂ ਰੱਖ ਕੇ ਗਣੇਸ਼ ਦੀਆਂ ਮੂਰਤੀਆਂ, ਵਿਸ਼ਨੂੰ ਦੀਆਂ ਮੂਰਤੀਆਂ, ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਉੱਥੇ ਗੱਡੀਆਂ ਲੱਗਦੀਆਂ ਸਨ, ਮੂਰਤੀ ਦੀ ਪੂਜਾ ਹੁੰਦੀ ਸੀ। ਅੱਜ ਜਿਹੜੇ ਦਰਬਾਰ ਸਾਹਿਬ ਜੋਤ ਜਗਦੀ ਹੈ ਨਾ, ਤੈਨੂੰ ਅਸੀਂ ਜਾ ਕੇ ਹੱਥ ਕਰਕੇ ਮੂੰਹ ਲਾਉਂਦੇ ਹਾਂ, ਇਹ ਕੋਈ ਸਿੱਖੀ ਦਾ ਸਿਧਾਂਤ ਨਹੀਂ ਹੈਗਾ। ਇਹ ਜੋਤ ਉਹਨਾਂ ਨਿਰਮਲੀਆਂ ਦੀਆਂ ਦਾਸੀਆਂ ਨੇ ਜਗਾਉਣੀ ਸ਼ੁਰੂ ਕੀਤੀ, ਅੱਜ ਵੀ ਪਈ ਹੈ, ਮੂਰਤੀਆਂ ਉਹਨਾਂ ਨੇ ਚੁਕਾ ਦਿੱਤੀਆਂ। ਤੇ ਜਦੋਂ ਮੂਰਤੀਆਂ ਚੁੱਕੀਆਂ ਗਈਆਂ, ਪੰਡਤਾਂ ਨੇ ਸ਼ਬਦ ਲਈ ਸੀ, ਦੁਰਗਿਆਣਾ ਮੰਦਰ ਮੂਰਤੀਆਂ ਗਈਆਂ, ਉਹਨਾਂ ਨੇ ਸ਼ਬਦ ਲਈ ਸੀ ਕਿ ਤੁਸੀਂ ਸਾਡੇ ਅੱਜ ਮੂਰਤੀਆਂ ਚੁੱਕੀਆਂ ਨੇ ਨਾ, ਸਮਾਂ ਆਏਗਾ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਨੂੰ ਮੂਰਤੀ ਪੂਜਾ ਕਰਵਾ ਦਿਓ। ਅੱਜ ਉਹ ਸਮਾਂ ਆ ਗਿਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਮੂਰਤੀ ਪੂਜਾ ਸ਼ੁਰੂ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਇੱਕ ਸਿਧਾਂਤ ਦਾ ਨਾਮ ਹੈ, ਇੱਕ ਉਹ ਫਲਸਫੇ ਦਾ ਨਾਮ ਹੈ ਜਿਹੜੇ ਸਾਡੇ ਜੀਵਨ 'ਚ ਲਾਗੂ ਹੋਣਾ ਚਾਹੀਦਾ। ਲੇਕਿਨ ਸਾਡਾ ਕੀ ਕੰਮ? ਸਿਰਫ ਇੱਕ ਵਰਸ਼ਿਪ ਤੱਕ ਰੱਖ ਲਿਆ ਸੀ, ਇਹ ਵਰਸ਼ਿਪ ਕੇਂਦਰ ਨਹੀਂ ਹੈ। ਗੁਰਦੁਆਰਾ ਇਜ਼ ਨਾਟ ਅ ਪਲੇਸ ਆਫ ਵਰਸ਼ਿਪ, ਇਹ ਪਲੇਸ ਆਫ ਵਰਸ਼ਿਪ ਨਹੀਂ ਹੈ, ਇਹ ਐਜੂਕੇਸ਼ਨਲ ਸਕੂਲ ਹੈ ਜਿੱਥੇ ਆਣ ਕੇ ਇਹ ਐਜੂਕੇਟ ਹੋ ਕੇ ਦੁਨੀਆਂ ਦੇ ਵਿੱਚ ਵਿਚਰਨਾ ਸੀ, ਜਿੱਥੇ ਲੋਕਾਂ ਨੂੰ ਦੱਸਣਾ ਸੀ ਵੀ ਮੈਂ ਸਿੱਖ, ਤੁਹਾਡੇ ਐਕਸ਼ਨ ਦੱਸ ਦਿੰਦੇ ਦੁਨੀਆਂ ਨੂੰ ਤੁਸੀਂ ਸਿੱਖ ਜੇ, ਗਾਣੇ ਗਾਉਣ ਦੀ ਲੋੜ ਨਾ ਪੈਂਦੀ ਵੀ ਆਏ ਮੈਂ ਸਿੱਖ, ਸਨ ਆਫ ਸਰਦਾਰ ਕਹਿਣ ਦੀ ਲੋੜ ਨਹੀਂ, ਸਰਦਾਰਾਂ ਦਾ ਪਤਾ ਲੱਗ ਜਾਂਦਾ ਉਹਨਾਂ ਦੇ ਕੰਮਾਂ ਤੋਂ। ਸੋ ਅਸੀਂ ਇੱਥੋਂ ਆਣ ਕੇ ਐਜੂਕੇਸ਼ਨ ਹੀ ਲਈ, ਉਹ ਪੰਡਤਾਂ ਦੀ ਸ਼ਬਦ ਪੂਰੀ ਹੈ ਅੱਜ, ਇਹ ਹੁਣ ਤੁਸੀਂ ਦੇਖਣਾ ਵੀ ਆਪਾਂ ਇਹ ਸ਼ਬਦ ਤੋਂ ਕਿਵੇਂ ਭੱਜਣਾ। ਪੰਜਾਬ ਐਂਡ ਸਿੰਧ ਬੈਂਕ ਹੋਂਦ ਚ ਲਿਆਂਦੀ ਗਈ, ਇਹ ਉਹਨਾਂ ਦੇ ਯਤਨਾਂ ਸਦਕਾ ਸਿੰਘ ਸਭਾ ਜਿਹੜਾ ਲਹਿਰ ਸੀ ਉਹਦਾ ਇੱਕ ਪ੍ਰਚਾਰ ਦੇ ਸਦਕਾ ਹੋਂਦ ਚ ਆਏ। 1909 ਦੇ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰਵਾਇਆ, ਮਹਾਰਾਜਾ ਰਿਪਦਮਨ ਸਿੰਘ ਜਿਹੜੇ ਨਾਭੇ ਦੇ ਸਨ ਉਹ ਉਸ ਟਾਈਮ ਵਾਇਸ ਰਾਏ ਜਿਹੜੀ ਕੌਂਸਲ ਸੀ ਉਹਦੇ ਮੈਂਬਰ ਸਨ, ਉਹਨਾਂ ਨੇ ਆਵਾਜ਼ ਉਠਾਈ। ਆਵਾਜ਼ ਕਿਉਂ ਉਠਾਈ? ਸਿੰਘ ਸਭਾ ਲਹਿਰ ਦਾ ਇੱਕ ਸੱਜਣ ਇਹਨਾਂ ਦੇ ਟੀਮ ਮੈਂਬਰ ਸੀ ਜਵਾਹਰ ਸਿੰਘ, ਜਦੋਂ ਉਹਨਾਂ ਨੇ ਅੱਧ ਦੇ ਰਾਹੀਂ ਆਪਣੀ ਵਿਵਾਹ ਕੀਤਾ ਇਹਨਾਂ ਦੀ ਨੀਤੀ ਰਾਹੀਂ, ਤੇ ਜਿਹੜੇ ਪੁਜਾਰੀ ਸਨ ਦਰਬਾਰ ਸਾਹਿਬ ਦੇ ਵਿੱਚ ਬੈਠੇ, ਬਹੁਤਾ ਫਰਕ ਨਹੀਂ ਜੀ, ਅੱਜ ਵੀ ਮੈਂ ਤੁਹਾਨੂੰ ਦੱਸ ਦੂੰਗਾ, ਅੱਜ ਵੀ ਬਹੁਤਾ ਫਰਕ ਨਹੀਂ ਹੈ, ਥੋੜੇ ਫਰਕ ਹੈ। ਉਹਨਾਂ ਪੁਜਾਰੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਜਦੋਂ ਉਹਨਾਂ ਦੇ ਬੇਟਾ ਪੈਦਾ ਹੋਇਆ, ਬੱਚਾ ਪੈਦਾ ਹੋਇਆ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਹਰਾਮ ਦੀ ਔਲਾਦ ਹੈ, ਇਹਨੇ ਬੇਟੀ ਦੇ ਦੁਆਲੇ ਲਾਵਾਂ ਨਹੀਂ ਲਈਆਂ, ਇਹਨੇ ਆਪਣੇ ਵਿਆਹ ਕਰ ਲਿਆ, ਇਹ ਹਰਾਮ ਦੀ ਔਲਾਦ ਹੈ। ਜਦੋਂ ਉਹ ਇਹ ਗੱਲ ਉਹਨਾਂ ਨੂੰ ਪਿੰਚ ਕੀਤੀ, ਫਿਰ ਉਹਨਾਂ ਨੇ ਕਿਹਾ ਵੀ ਕੋਈ ਨਾ ਕੋਈ ਲੀਗਲ ਰਿਕੁਆਇਰਮੈਂਟ, ਲੀਗਲ ਇਹਨੂੰ ਲੀਗਲਾਈਜ਼ ਕਰ ਦਿੱਤਾ ਜਾਵੇ ਤਾਂ ਕਿ ਇਸ ਰੀਤੀ ਨੂੰ ਲੋਕ ਅਪਣਾ ਸਕਣ। ਅੱਜ ਭਾਵੇਂ ਕੋਈ ਕਾਮਰੇਡ ਹੋਵੇ, ਮੈਂ ਬਹੁਤੇ ਹਿੰਦੂ ਵੀਰ ਜਿਹੜੇ ਨੇ ਉਹ ਵੀ ਨੰਦ ਰੀਤੀ ਦੇ ਰਾਹੀਂ ਵਿਆਹ ਕਰਾਉਂਦਾ ਵੀ, ਇਹ ਇਹਨਾਂ ਵੀਰਾਂ ਦੀ ਦੇਣ ਹੈ। ਜਦੋਂ ਅਸੀਂ ਇਸ ਵਿਵਾਹ ਦੇ ਪਿੱਛੇ ਜਾਂਦੇ ਹਾਂ, ਕੁਸਚਨ ਆਉਂਦਾ ਹੈ ਆਮ ਜਿਹੜੇ ਤਰਕੀ ਵੀਰ ਨੇ, ਮੈਂ ਤਾਂ ਬਹੁਤਾ ਕੋਈ ਤਾਰਕਿਕ ਨਹੀਂ, ਆਮ ਵੀਰ ਕਰਦੇ ਨੇ ਕਿ ਜੀ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਕਦੋਂ ਹੋਇਆ? ਇਹਦੀਆਂ ਸਾਨੂੰ ਇਤਿਹਾਸਕ ਰੈਫਰੈਂਸ ਮਿਲਦੀਆਂ ਨੇ ਵੀ ਆਹ ਸਲਿਖ ਤੱਕੀ ਪੱਤਰ ਜੋ ਲੀਨ ਪ੍ਰਕਰਮਾ ਚਾਰ ਆ ਗਏ ਸਾਡੇ ਗੁਰੂ ਪਾਤਸ਼ਾਹ ਰਾਜਕੁਮਾਰ। ਅਸਲਿਖ ਮਤਲਬ ਪੱਟੀ ਲਿਖ ਕੇ ਇੱਕ ਓਂਕਾਰ ਦੇਖ ਕੇ, ਇੱਕ ਓਂਕਾਰ ਦੇ ਦੁਆਲੇ ਚਾਰ ਲਾਵਾਂ ਲਈਆਂ, ਉਹਦਾ ਮਤਲਬ ਕੀ ਸੀ? ਕਰਮਕਾਂਡ ਨਹੀਂ, ਵੀ ਮੇਰਾ ਜੋ ਕੇਂਦਰ ਬਿੰਦੂ ਹੈ ਨਾ,
वो एक ओंकार है, एक सिद्धांत है, मैं ये दुआले घुमांगा। फिर बीबी वीरो गुरु हरगोबिंद पातशाह जी सपुत्री, उन्हों की पुत्री का जो विवाह होया है वह नंद रीति हो सू इतिहासक रैफरेंस मिल जाएंगे। लेकिन जो पंथ ने फैसला लिया बड़ा कमाल है, वो अकॉर्डिंग जो वा नंद रीति सा होनी चाहिए। हम आनंद कारज जो मैरिज एक्ट जो 1909 के ये जो लीगलाइज कर दिता गया 1900 विद्या विद्या के विद्यक खेत्र पहला स्थान से पंजाब का विद्यक खेत्र एजुकेशन के पक्ष को जो अं देखते हैं तो पहले नंबर पर सी 1900। 1914 कृपान की सानू छूट मिली, 1914 ला पास किया गया कि कृपान जो सिख ने खुलेआम पा सकते। श्रोमणी कमेटी अकाली जथा ये उस लहर की देन है। हूँ अं देखना है मिडल जा गए आप, हूँ आप देखना है कि ये उन्होंने देन से, ये उन्होंने वीर की देन से जो अं पिछे देख के आए हैं। अज अं कितने खड़े हैं यूनिवर्सिटी ओरिएंटल कॉलेज पंजाबी वास्ते उन्होंने जोर लाया तो पंजाबी लागू हो गई। अज देखो कि समा चल रहा है, अज साडे बच्चे पंजाबी विसार रहे। मैं इतों की गल ही करता, इतने तो मुश्किल है क्यों, क्योंकि इतने एनवायरमेंट इंग्लिश का है, बच्चे इंग्लिश बोलते हैं, लेकिन फिर भी जी पंजाबी साड़ी है वो साड़ी नीड है बहुत वही। गुरबाणी को पढ़ने वास्ते व्याकरण पंजाबी समझना पैना है, इंग्लिश व्याकरण नहीं समझा जाएगा, इनू पंजाबी समझना पैना है। इस करके पंजाबी साड़ी बड़ी वही नीड है। लेकिन जो मैं हिंदुस्तान की गल करता, पंजाब की गल करता, बच्चे फैशन ना बोलते हैं, भावें टूटी फूटी बोल फैशन अंग्रेजी बोलते हैं। लोड़ वास्ते सानू हर भाषा सीखने की लड़ है, लेकिन अं पंजाबी विसार दिते। कॉल सेंटर जिहड़े ने ना, कॉल सेंटर ईवन पंजाब दे विच जिहड़े कॉल सेंटर ने वह उत्थे हिंदी बोली जाती। मैं पिछे जी इंडिया गया तो फोन दे विच कोई प्रॉब्लम आ गई तो मैं गल की कॉल सेंटर में, वह हिंदी च गल करे, मैं मैनू तो हिंदी आती नहीं, जो पंजाबी आती गल कर तो आने नहीं जी पंजाबी सानू अलाउड नहीं। कॉल सेंटर तो अं काम ही नहीं कर सके जब तक कि जो कॉल सेंटर जो पंजाबी लागू करा दी जो पंजाब के यह बंदे सर जिन्होंने उस टाइम अंग्रेजी हुकूमत से इन्ना इन्ना बड़ा जिहड़ा दयानंद का जिहड़ा पसेरा से लोग ब्राह्मण मत के चले गए सन तो पंजाबी लागू करा छड़ी ने यूनिवर्सिटी में। अं कंपैरिजन करना भी अभी कितने खड़े 1880 तो लैके 86 तक पंजाबी पत्रकारी। हुण देखिए अपने को इंटरनेशनल लैवल पर नैशनल लैवल पर कि अखबार है जी आजाद है। हर एक अखबार अपने बिजनेस तोड़ने वास्ते चार गल्ला सही, फिर मगले बने जिहड़ा वा लीडर की तारीफ कभी किसी की तारीफ। साढ़े कोई है जिसे अं नरोल गुरु ग्रंथ साहब की विचारधारा की गल कर सकते हैं, जिन्हें करना सही काम जो बाहर वाले सिख होंगे ने जागरूक होंगे ने, क्योंकि असं उस दलदल चो निकल आए हैं जिथों का एनवायरमेंट माड़ा है। असं ये काम शुरू कर सकते हैं लेकिन सानू फुर्सत नहीं मिली, साढ़े पत्थर ही नहीं मुकते। मैं देखता जो 16 मिलियन पाउंड अं गोदर तो ला दें तो पिछे जो मैं ना नहीं लैना पिछे जो प्रोग्राम रखिया से सिंह सभा लहर से रख के कैंसल कर दिता उन्होंने। क्यों क्यों नहीं करते हैं? देखो पत्थर लाना बड़ा सौखा, जो गुरुद्वार पत्थर नहीं सन उदों हिरदे पत्थर वर्गे सन सिखा दे, अब गुरुद्वारे के पत्थर आ गए हिरदे साले जो कदले हो गए, मिट्ट च ईमान डोल जाता है साडा। नैशनल लैवल से साढ़े कोई अखबार नहीं जिदे नरोल गुरमत विचारधारा की गल कर सकी, साढ़े को आजाद मीडिया नहीं। जो मीडिया है ना बहुत नाम वरत्या जाता है, सिख कौम का नाम वरत्या जाता है जो मीडिया है, तो जो तीन उत्थे जाकर सच बोलो बच्चे प्रोग्राम कट देंगे। कारण की है भी आजाद मीडिया ने साढ़े को डिपेंड है, किसी ना किसी कोई बाबे से डिपेंड है, कोई ना किसी जथेबंदी से डिपेंड है। आजाद मीडिया होंद च लिया पेगा 1892 के खालसा कॉलेज का होंद च आना। अब साढ़े उत्थे स्कूल जरूर ने, गुरु अमरदास पब्लिक स्कूल, गुरु नानक पब्लिक स्कूल, खालसा कॉलेज भी है। कभी वेख्या भी उसे गुरु ग्रंथ साहब की विचारधारा के उत्ते प्रोग्राम होते होंगे बहुत घट ने। मैं पिछले जो जमुना नगर के गर्ल कॉलेज से उन्होंने बुलाया दास को उत्थे बोल के आया अपना सभ्याचार, तो बहुत घट ने है नहीं लेकिन बहुत घट ने। बहुत ये गुरु पातशाही के नाम पेश किया जा रहा है, अज नाम गुरु का अंदर बीबा जी आ रहे हैं गाने वास्ते, बाहर ना गुरु का जी गुरु नानक पब्लिक स्कूल है तो अंदर रंगारंग प्रोग्राम चलता होंगे। सो कहने तो भाव असी अज गुरु के नाम कैश करना शुरू कर दिता।
ਗੁਰਦੁਆਰਾ ਪ੍ਰਬੰਧ ਦਾ ਸੁਧਾਰ ਕੀਤਾ ਉਸ ਲਹਿਰ ਨੇ, ਅੱਜ ਇਹ ਕਿੱਥੇ ਸੀ? ਇਹ ਮੈਂ ਕੰਪੈਰੀਜ਼ਨ ਕਰ ਰਿਹਾ, ਆਪਾਂ ਦੇਖਣਾ ਬਹੁਤਾ ਇਤਿਹਾਸ ਸੁਣਾ ਕੇ ਸਾਨੂੰ ਚਲੇ ਜਾਂਦੇ ਨੇ ਵੀਰ, ਤੇ ਅਸੀਂ ਇਹਨਾਂ ਇਤਿਹਾਸ ਸੁਣ ਗਏ, ਸਾਡਾ ਇਤਿਹਾਸ ਵੀ ਉੱਥੋਂ ਦੀ ਚਲੇ ਜਾਂਦਾ ਹੁਣ। ਇਤਿਹਾਸ ਇਸ ਕਰਕੇ ਸੁਣੀਦਾ ਹੈ ਕਿ ਅਸੀਂ ਇਹਨੂੰ ਆਪਣੇ ਜੀਵਨ ਚੋਂ ਲਾਗੂ ਕਰ ਸਕੀਏ। ਜਦੋਂ ਤੁਸੀਂ ਅਰਦਾਸ ਚ ਕਹਿੰਦੇ ਜੇ ਨਾ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਦਾ, ਸਮੂਹ ਸਿੰਘਾਂ ਸਿੰਘਣੀਆਂ ਦਾ, ਜਾਂ ਦਸਾਂ ਗੁਰੂਆਂ ਦਾ, ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਧਿਆਨ ਧਰ ਕੇ, ਤਾਂ ਤੁਸੀਂ ਕਹਿੰਦੇ ਜੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸ਼ਰੇਆਮ ਝੂਠ ਬੋਲਦੇ, ਸ਼ਰੇਆਮ ਝੂਠ ਬੋਲਦੇ ਆ। ਕਦੋਂ ਧਿਆਨ ਚ ਧਰਿਆ ਉਹਨਾਂ ਨੂੰ? ਕਦੀ ਧਿਆਨ ਚ ਆਏ ਨੀ ਸਾਡੇ। ਅਸੀਂ ਦਰਬਾਰ ਦੇ ਵਿੱਚ ਸ਼ਰੇਆਮ ਝੂਠ ਬੋਲ ਜਾਂਦੇ, ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਇਹ ਏਦਾਂ ਵਾ ਵੀ ਤੁਸੀਂ ਕਮਿਟਮੈਂਟ ਦੇ ਰਹੇ ਜੇ, ਤੁਸੀਂ ਕਮਿਟਮੈਂਟ ਦੇ ਰਹੇ ਜੇ ਵੀ ਜੋ ਗੁਰੂਆਂ ਨੇ ਕੀਤਾ, ਜੋ ਚੌਹ ਸਾਹਿਬਜ਼ਾਦਿਆਂ ਨੇ ਕੀਤਾ, ਜੋ ਪੰਜਾਂ ਪਿਆਰਿਆਂ ਨੇ ਕੀਤਾ, ਜੋ 40 ਮੁਕਤਿਆਂ ਨੇ ਕੀਤਾ, ਮੇਰੇ ਜੀਵਨ ਚ ਜੇ ਇਹੋ ਜਿਹੀ ਸਿਚੁਏਸ਼ਨ ਆਏਗੀ, ਮੈਂ ਇਹਨੂੰ ਆਪਣੇ ਜੀਵਨ ਚੋਂ ਪ੍ਰਗਟ ਕਰਾਂਗਾ। ਫਿਰ ਤੁਸੀਂ ਕਿਹਾ ਵਾਹਿਗੁਰੂ, ਅੱਜ ਉੱਦਾਂ ਵਾਹਿਗੁਰੂ। ਗੁਰੂ ਨੂੰ ਪਤਾ ਹੈ ਵੀ ਇਹ ਲੀਡਰ ਤੋਂ ਕੰਮ ਲੈਣਾ, ਉਦੋਂ ਦੀ ਤਾਰੀਫ ਕਰ ਦਿੰਦੇ ਨੇ, ਮੇਰੀ ਮੇਰੀ ਕੋਈ ਨਾ ਕਰਨ ਲੱਗੀ, ਸਭ ਪਤਾ। ਹੁਣ ਅਸੀਂ ਉਹਨਾਂ ਨੇ ਗੁਰਦੁਆਰੇ ਪ੍ਰਬੰਧ ਦਾ ਸੁਧਾਰ ਕੀਤਾ, ਅੱਜ ਸਾਡਾ ਗੁਰਦੁਆਰਾ ਪ੍ਰਬੰਧ ਕਿੱਥੇ ਖੜਾ? ਅੱਜ ਦੇ ਗੁਰਦੁਆਰਿਆਂ ਦੇ ਪ੍ਰਬੰਧਕ, ਮੈਂ ਜਦੋਂ ਸਿੰਘ ਸਭਾ ਲਹਿਰ ਦੀ ਗੱਲ ਕਰਦਾ, 95% ਗੁਰਦੁਆਰੇ ਦੇ ਪ੍ਰਬੰਧਕ ਏਦਾਂ ਦੇ ਨੇ ਜਿਹਨਾਂ ਨੂੰ ਪਤਾ ਹੀ ਨਹੀਂ ਵੀ ਸਿੰਘ ਸਭਾ ਲਹਿਰ ਕੀ ਹੈ ਨਾ ਸਿੰਘ ਸਭਾ। ਮੈਂ ਤਾਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਵੀ ਇਹਨਾਂ ਨੇ ਆਪ ਕਹਿ ਕੇ ਪ੍ਰੋਗਰਾਮ ਕਰਵਾਇਆ। ਨੋਰਮਲੀ ਅਸੀਂ ਵੀ ਸਾਰੇ ਕੰਮ ਕਰ ਆ ਰਹੇ, ਸਾਡੇ ਕੋਲ ਟਾਈਮ ਨਹੀਂ ਹੁੰਦਾ, ਜਿੰਨਾ ਕੁ ਸਮਾਂ ਹੁੰਦਾ ਹੈ ਉਹਨੇ ਉਹਦੇ ਵਿੱਚੋਂ ਕੱਢੀਦਾ। ਲੇਕਿਨ ਇਹਨਾਂ ਦਾ ਧੰਨਵਾਦ ਵੀ ਜਿਹਨਾਂ ਨੇ ਆਪ ਇਹ ਕਹਿ ਕੇ ਪ੍ਰੋਗਰਾਮ ਕਰਵਾਇਆ, ਤੇ ਮੈਨੂੰ ਖੁਸ਼ੀ ਆ ਵੀ ਜੇ ਸਿੰਘ ਸਭਾ ਗੁਰਦੁਆਰੇ, ਜਿਹੜੇ ਸਿੰਘ ਸਭਾ ਨਾਮ ਰੱਖਣ ਵਾਲੇ ਨੇ, ਉਹ ਜੇ ਜਾਗਰੂਕ ਹੋ ਜਾਣਗੇ ਤੇ ਬਹੁਤਾ ਸਮਾਂ ਨਹੀਂ ਵੀ ਅਸੀਂ ਗੁਲਾਮ ਰਵਾਂਗੇ। ਅੱਜ ਅਸੀਂ ਵਿਚਾਰਧਾਰਾ ਤੇ ਗੁਲਾਮ, ਆਪਣੀ ਵਿਚਾਰਧਾਰਾ ਸਾਨੂੰ ਕਿਸੇ ਨੇ ਗੁਲਾਮ ਨਹੀਂ ਕੀਤਾ। ਬੰਦਾ ਗੁਲਾਮ ਉਹਨਾਂ ਚਿਰ ਹੈ ਜਿੰਨਾ ਚਿਰ ਉਹਦੇ ਵਿਚਾਰ ਗੁਲਾਮ ਹੈ, ਨਹੀਂ ਤੇ ਭਾਵੇਂ ਤੁਸੀਂ ਜਿੱਥੇ ਮਰਜ਼ੀ ਤੁਹਾਨੂੰ ਜੇਲ੍ਹ ਚ ਬੰਦ ਕਰ ਦਿੱਤਾ ਜਾਵੇ, ਜੇਲ੍ਹ ਚ ਬਾਅਦ ਵੀ ਤੁਸੀਂ ਆਜ਼ਾਦ। ਹੁਣ ਸਿਧਾਂਤਕ ਪੱਖ ਤੁਸੀਂ ਕਿੱਥੇ ਖੜੇ ਆ? ਉਹਨਾਂ ਨੇ ਸਿਧਾਂਤ ਚ ਚਮਕ ਲੈਣ ਦੀ ਤਰ੍ਹਾਂ ਤਰ੍ਹਾਂ ਦਾ ਤਰ੍ਹਾਂ ਤਰ੍ਹਾਂ ਦੀਆਂ ਪੁਸਤਕਾਂ ਲਿਖ ਕੇ ਅਖਬਾਰਾਂ ਦੇ ਰਾਹੀਂ ਅੱਜ ਅਸੀਂ ਕਿੱਥੇ ਖੜੇ? ਜਦੋਂ ਇਹ ਸਮਾਜ ਦੀ ਗੱਲ ਕਰਦੇ ਹਾਂ, ਸਮਾਜਿਕ ਤੌਰ ਤੇ ਅਸੀਂ ਬਿਲਕੁਲ ਗਿਰ ਚੁੱਕੇ। ਗੁਰਦੁਆਰਿਆਂ ਚ ਆਨੰਦ ਕਾਰਜ ਹੁੰਦੇ ਨੇ, ਬਾਹਰ ਪੈਲਸਾਂ ਦੇ ਵਿੱਚ ਬੀਬਾ ਜੀ ਹੋਰ ਆਏ ਹੁੰਦੇ ਨੇ, ਇੱਥੇ ਆਨੰਦ ਕਾਰਜ ਕਰਕੇ, ਇੱਥੇ ਆਨੰਦ ਕਾਰਜ ਕਰਕੇ ਬੜੀਆਂ ਬੜੀਆਂ ਗੱਲਾਂ ਇੱਥੋਂ ਸਟੇਜਾਂ ਤੋਂ ਵੀ ਸੁਣਾ ਦਿੱਤੀਆਂ ਜਾਂਦੀਆਂ ਨੇ। ਭਲਾ 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 ਜੀ, ਇਹ ਜੀ ਬੜੇ ਮਹਾਂਪੁਰਖ ਜੀ, ਇਹਨਾਂ ਦੀ ਬੱਚੀ ਦਾ ਆਨੰਦ ਗੁਰ ਮਰਿਆਦਾ ਅਨੁਸਾਰ ਹੋ ਗਿਆ। ਗੁਰ ਮਰਿਆਦਾ ਤਾਂ ਇੱਥੋਂ ਬਾਹਰ ਪਤਾ ਲੱਗਣਾ ਨਾ, ਜਦੋਂ ਇੱਥੋਂ ਬਾਹਰ ਨਿਕਲੇ, ਬਾਹਰ ਤਾਂ ਸਿੱਧਾ ਪੈਲਸਾਂ ਨੂੰ ਚਲੇ ਜਾਂਦੇ ਅਸੀਂ। ਕਹਿਣ ਤੋਂ ਭਾਵ ਵੀ ਸਿਧਾਂਤਕ ਪੱਖ, ਸਮਾਜਿਕ ਪੱਧਰ ਤੇ ਦਾਜ ਦਹੇਜ ਇੱਥੇ ਚਲੋ ਥੋੜਾ ਘੱਟ ਹੈ, ਵੈਸੇ ਥੋੜਾ ਘੱਟ ਮੈਂ ਕਹਿ ਰਿਹਾ। ਪੰਜਾਬ ਦੇ ਜਦੋਂ ਪਹਿਲਾਂ ਕਹਿੰਦੇ ਨੇ ਗੱਡੀ ਲੈ ਰਹੀ, ਗੱਡੀ ਕਾਕਾ ਜੀ ਕਹਿੰਦੇ। ਸਮਾਜਿਕ ਪੱਖ ਤੋਂ ਹੀ ਗਿਰ ਚੁੱਕੇ ਹਾਂ, ਉਹਨਾਂ ਨੇ ਸਿਧਾਂਤ ਦੀ ਚਮਕ ਲਿਆਂਦੀ, ਅਸੀਂ ਸਿਧਾਂਤਿਕ ਪੱਖ ਤੋਂ ਗਿਰ ਚੁੱਕੇ। ਧਰਮ ਦੀ ਜਦੋਂ ਗੱਲ ਕਰਦੇ ਹਾਂ, ਸਾਨੂੰ ਧਰਮ ਹੀ ਨਹੀਂ ਪਤਾ ਲੱਗਾ ਅੱਜ ਕਿਹੜਾ ਹੈ, ਲੜੀ ਜਾਂਦੇ ਬਸ। ਕੋਈ ਕਲਮਾਂ ਵਾਲਾ ਕਲਮਾਂ ਦਾ ਸਿਰ ਪਾੜੀ ਜਾਂਦਾ ਹੈ, ਵੱਖ ਵੱਖ ਤਰ੍ਹਾਂ ਦੇ ਲੇਖ ਲੇਖ ਕੇ ਇੱਕ ਦੂਜੇ ਦੀ ਲੱਤਾਂ ਖਿੱਚੀ ਜਾਂਦੇ ਹਾਂ, ਤੇ ਜਿਹੜਾ ਉਦਾਂ ਵੀ ਹੱਥ ਦੇ ਵਿੱਚ ਡੰਗ ਡੂੰਗ ਰੱਖਦਾ ਉਹ ਡਾਂਗਾਂ ਨਾਲ ਪਾੜੀ ਜਾਂਦਾ ਹੈ। ਦੋਵੇਂ ਉਲਝੇ, ਅਸੀਂ ਦੋਵੇਂ ਉਲਝਣਾਂ ਚ ਪਏ ਹਾਂ। ਜਿਹੜੇ ਕਲਮਾਂ ਵਾਲਾ ਲਿਖਦੇ ਨੇ ਉਹ ਕਲਮਾਂ ਨਾਲ ਸਿਰ ਪਾੜੀ ਜਾਂਦੇ ਨੇ, ਡਾਂਗਾਂ ਵਾਲੇ ਡਾਂਗਾਂ ਨਾਲ ਪਾੜੀ ਜਾਂਦੇ ਨੇ। ਧਰਮ ਦੇ ਜਦੋਂ ਅਸੀਂ ਤੌਰ ਤੇ ਵੇਹਦੇ ਤਾਂ ਇੱਥੇ ਖੜੇ ਅਸੀਂ। ਮੈਂ ਤਿੰਨ ਚੀਜ਼ਾਂ ਇਹਨਾਂ ਨੂੰ ਅਲੱਗ ਅਲੱਗ ਰਿਹਾ ਹੈ। ਰਾਜਨੀਤੀ ਦੀ ਗੱਲ ਕਰਦੇ ਹਾਂ, ਮੈਂ ਪਿੱਛੇ ਜੇ ਬੰਗਲਾ ਸਾਹਿਬ ਨੂੰ ਬੋਲ ਕੇ ਆਇਆ ਸੀਗਾ, ਇੱਥੇ ਉੱਤਰ ਕਾਟੋ ਮੇਰੀ ਵਾਰੀ, ਨੀਲੇ ਚਲ ਗਏ ਚਿੱਟੇ ਆ ਗਏ, ਚਿੱਟੇ ਚਲ ਗਏ ਨੀਲੇ ਆ ਗਏ, ਤੇ ਨਾ ਇਹ ਫਿਰ ਪੰਥ ਦਾ ਵਰਤੀ ਜਾਂਦੇ ਨੇ। 1990 ਦੇ ਵਿੱਚ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਕਹਿ ਵੀ ਦਿੱਤਾ ਵੀ ਅਕਾਲੀ ਪਾਰਟੀ ਜੀ ਪੰਜਾਬੀ ਪਾਰਟੀ ਹੈ, ਪੰਥਕ ਪਾਰਟੀ ਨਹੀਂ, ਤੇ ਨਾ ਪੰਥ ਦਾ ਵਰਤੀ ਜਾਂਦੇ ਨੇ। ਅਖੀਰ ਤੇ ਕੋਈ ਸ਼ੋਸ਼ਾ ਜਿਹਾ ਛੱਡ ਦਿੰਦੇ ਨੇ, ਉਹੋ ਜਿਹੇ ਗੁਲਾਮ ਜਿਹੜੇ ਸਾਡੇ ਪੰਜਾਬੀ ਨੇ ਗਾਣੀ ਮਿੰਟ ਚ ਪਾ ਦਿੰਦੇ ਨੇ ਜੀ, ਇਹ ਫਕਰੇ ਕੌਮ ਹੈ ਜੀ। ਕੀ ਫਕਰੇ ਕੌਮ ਹੈ? ਫਕਰੇ ਕੌਮ ਜੇ ਸਾਡਾ, ਜੇ ਸਾਡੀ ਫਕਰ ਕੌਮ ਦਾ ਫਕਰ ਬਾਦਲ ਹੈ ਤਾਂ ਗਦਾਰ ਕੌਣ ਹੈ? ਇਹ ਤਾਂ ਬਾਹਰ ਖੜੀਆਂ ਕਰਕੇ ਬਾਹਰ ਆਉਣ ਵਾਲੇ ਨੇ, ਇਹਨਾਂ ਨੂੰ ਫਕਰੇ ਕੌਮ ਦੇ ਅਵਾਰਡ ਦੇ ਦਿੱਤੇ ਸੀ। ਦੇਖੋ ਗੱਲ ਇਹ, ਮੈਂ ਜਿੱਥੇ ਜਾਵਾਂ ਨਾ, ਵੈਸੇ ਗੁਰੂ ਦੀ ਬਖਸ਼ਿਸ਼ ਨਾਲ ਮੈਂ ਗੱਲ ਸੋਚ ਕੇ ਜਾਣਾ ਵਾ ਵੀ ਬਾਹਰ ਡੰਗ ਵਾਲੇ ਖੜੇ ਹੋਏ, ਇਹ ਕਰਕੇ ਅਸੀਂ ਪਹਿਲਾਂ ਇਕੱਠੇ ਹੋ ਗਏ ਹੁੰਦੇ ਸਾਰੇ ਜਣੇ, ਕਿਉਂਕਿ ਬਹੁਤ ਵੀਰ ਸਾਡੇ ਸ਼ਰਧਾਲੂ ਨੇ। ਕਹਿਣ ਤੋਂ ਭਾਵ ਹੈ ਵੀ ਇਹ ਸੱਚ ਹੈ, ਇਹ ਸਾਨੂੰ ਕੌੜਾ ਲੱਗਣਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਨਾਰਾ ਲਾਇਆ ਨਾ, ਕਾਦੀ ਕੂੜ ਬੋਲ ਮਲਖਾਏ ਬ੍ਰਾਹਮਣ ਨਾਰੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਹੰਦ ਪੀਨਿਆ ਜਾਲੇ ਕਾ ਬੰਦ, ਉਦੋਂ ਇਹ ਬਾਬੇ ਨਾਨਕ ਦੇ ਪੁੱਤਰਾਂ ਤੇ ਆਖ ਆ ਗਈ ਉਹਨਾਂ ਦੀ ਵੀ ਇਹਨਾਂ ਨੂੰ ਲਾ ਲਓ ਗੱਦੀ ਗਾਂ, ਇਹਨਾਂ ਤੋਂ ਆਉਣੀ ਆ,
ਜਦੋਂ ਇਹਨਾਂ ਤੋਂ ਗੱਡੀ ਆਏਗੀ ਫਿਰ ਆਪਣਾ ਕੰਮ ਛੱਡ ਦੇਗਾ। ਜਿਹੜਾ ਜਿਹੜਾ ਬਾਬਾ ਜੀ ਨੇ ਉਹਨੂੰ ਪਤਾ ਹੈ ਕਿ ਮੈਰਿਟ ਦਾ ਸਮਾਨ ਹੈ, ਸਿਲੈਕਸ਼ਨ ਦਾ ਨੀ ਕੰਮ ਇੱਥੇ ਹੈਗਾ। ਪਰ ਇਹ ਕਹਿ ਦਿੰਦੇ ਵੀ ਇਹ ਵੀ ਸਿਲੈਕਸ਼ਨ ਦਾ ਵਿਸ਼ਾ ਹੈ, ਸਿਲੈਕਸ਼ਨ ਇੰਸਟੀਟਿਊਸ਼ਨ ਕੋਈ ਨਹੀਂ ਇੱਥੇ, ਇਲੈਕਸ਼ਨ ਤੇ ਆਏ ਨਹੀਂ। ਤੇ ਦੂਜਾ ਅਸੀਂ ਗੱਲ ਕਰੋ ਵੀ ਸਿਲੈਕਸ਼ਨ, ਸਿਲੈਕਸ਼ਨ ਵੀ ਹੈ ਨਹੀਂ ਇੱਥੇ। ਸਿਲੈਕਸ਼ਨ ਦਾ ਮਤਲਬ ਹੈ ਵੀ ਮੇਰੇ ਨਾਲ 15-20 ਰਾਏ ਨੇ ਤੇ ਮੇਰੀ ਇਹਨਾਂ ਦਾ ਇੱਕ ਨਾ ਮੰਨਦੀ ਹੈ, ਮੈਂ ਉਹਨੂੰ ਸਿਲੈਕਟ ਕਰਦਾ ਚੱਲ ਕੇ ਤੂੰ ਪਰਚਾ ਕਰਦਾ, ਮੈਂ ਹੁਣ ਚੱਲਿਆ ਉੱਥੋਂ ਪਰਚਾ। ਇਹ ਮੈਰਿਟ ਦਾ ਸਿਧਾਂਤ ਹੈ, ਇੱਥੇ ਮੈਰਿਟ ਦਾ ਤਖਤੇ ਰਾਜਾ ਸੋਭ ਹੈ, ਜੋ ਤਖਤੇ ਲਾਇਕ ਹੋਈ। ਲਾਇਕ ਦਾ ਮਤਲਬ ਕੀ ਹੁੰਦਾ ਹੈ? ਵਨ ਹੂ ਡਿਜ਼ਰਵ, ਜਿਹੜਾ ਡਿਜ਼ਰਵ ਹੈ, ਜਿਹੜਾ ਕਾਬਿਲ ਹੈ, ਜਿਹੜਾ ਵਾਕਈ ਹੱਕਦਾਰ ਹੈ, ਉਹਨੂੰ ਤਖਤੇ ਬਿਠਾਇਆ ਜਾਵੇ। ਸੋ ਚਲੋ ਆਪਾਂ ਜ਼ਿਆਦਾ ਰਾਜਨੀਤੀ ਵੱਲ ਨਾ ਜਾਈਏ, ਪਰ ਇਹ ਧਰਮ ਦਾ ਅੰਗ ਹੈ। ਇਹ ਨਹੀਂ ਕਹਿਣਾ ਚਾਹੀਦਾ ਗੁਰਦੁਆਰਿਆਂ ਦੇ ਵਿੱਚ ਵੀ ਜੇ ਤੁਸੀਂ ਰਾਜਨੀਤੀ ਦੀ ਗੱਲ ਨਾ ਕਰੋ, ਰਾਜਨੀਤੀ ਕੱਢ ਦਿਓ ਸਿੱਖ ਧਰਮ ਦੇ ਵਿੱਚੋਂ, ਪਿੱਛੇ ਕਿਹਾ ਜਾਂਦਾ ਅਸੀਂ ਉਹ ਜੋਗੀ ਨੇ ਜਿਹੜੇ ਸੁੱਤੇ ਨੇ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨੇ ਉਦਾਸੀ। ਅਸੀਂ ਉਹ ਜੋਗੀ ਹਾਂ ਜਿਨ੍ਹਾਂ ਨੇ ਬਾਬਰ ਨੂੰ ਜਾਬਰ ਕਿਹਾ। ਅਸੀਂ ਉਹ ਜੋਗੀ ਹਾਂ ਜੇ ਹਮਾਊਂ ਕਿਰਪਾਨ ਕੱਢਦਾ, ਹਮਾਊਂ ਤਲਵਾਰ ਕੱਢਦਾ ਤੇ ਉਹਨੂੰ ਉਗਾਰ ਦਿੰਦੇ। ਇਹ ਰਾਜਨੀਤੀ ਦਾ ਪੱਖ ਹੈ। ਅੱਗੇ ਵਧੀਏ, ਹੁਣ ਅਸੀਂ ਧਾਰਮਿਕ ਤੌਰ ਤੇ ਬਿਲਕੁਲ ਧੁੰਦਲੇ ਹਾਂ, ਸਾਨੂੰ ਇਹ ਨੀ ਪਤਾ ਸਾਡਾ ਗੁਰੂ ਕਿਹੜਾ ਹੈ। ਗੁਰੂ ਸਿੱਖ ਨੂੰ ਚੈਲੰਜ ਕੀਤਾ ਜਾਂਦਾ ਹੈ। ਸੋ ਇਹ ਸਾਡੀਆਂ ਕੁਛ ਕਮਜ਼ੋਰੀਆਂ ਜਿਹਨਾਂ ਨੂੰ ਅਸੀਂ ਅੱਜ ਤੱਕ ਨਹੀਂ ਕਰ ਸਕੇ, ਲੇਕਿਨ ਉਹਨਾਂ ਸੂਰਮੇ ਦਾ ਕੰਮ ਦੇਖ ਲਓ ਤੁਸੀਂ। ਇਹ ਉਹਨਾਂ ਦੀ 25-30 ਸਾਲਾਂ ਦੀ ਮਿਹਨਤ ਆ ਕਿ ਜਦੋਂ ਸਿੱਖ ਸਭਾ ਲਹਿਰ ਹੋਣ ਵਿੱਚ ਆਈ, ਕਿੰਨਾ ਉਹਨਾਂ ਦੇ ਕਨਫਿਊਜ਼ਨ ਛਿੱਟੇ ਕੇ ਨਿਕਲੇ ਨੇ ਉਹਦੇ। ਅੱਜ ਅਸੀਂ ਉਹਨਾਂ ਛਿੱਟਿਆਂ ਨੂੰ ਦੁਬਾਰਾ ਜਿਹੜਾ ਵਾ ਉਹਨਾਂ ਨੂੰ ਝਾੜ ਨਹੀਂ ਸਕੇ। ਹਮ ਹਿੰਦੂ ਨਹੀਂ, ਮੂਰਤੀਆਂ ਚੁਕਾ ਦਿੱਤੀਆਂ ਗਈਆਂ ਭਾਈ ਕਾਨ ਸਿੰਘ ਵੱਲੋਂ 1905 ਦੇ ਵਿੱਚ। ਅੱਜ ਹਮ ਹਿੰਦੂ ਹਾਂ, ਇੱਥੇ ਫਤਿਹ ਬਦਲ ਦਿੱਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਮਾਤਾ ਜੀ ਕੀ ਜੈ। ਪੰਜਾਬ ਚ ਫਤਿਹ ਬਦਲ ਦਿੱਤੀ ਉਹ ਕਿਹਨਾਂ ਨੇ? ਜਿਹਨਾਂ ਨੂੰ ਅਸੀਂ ਕਹਿੰਦੇ ਪੰਥਕ ਲੀਡਰ ਨੇ ਸਾਡੇ। ਫਕਰੇ ਕੌਮ ਦੇ ਅਵਾਰਡ ਦਿੱਤੇ ਜਾਂਦੇ ਨੇ ਉਹਨਾਂ ਨੂੰ, ਉਹਨਾਂ ਨੇ ਫਤਿਹ ਬਦਲ ਦਿੱਤੀ। ਹਮ ਹਿੰਦੂ ਨੇ, ਭਾਈ ਕਾਨ ਸਿੰਘ ਨਾਭਾ ਨੇ ਦੱਸਿਆ ਅੱਜ ਫਿਰ ਸਾਡੀ ਕੌਮ ਜਿਹੜੀ ਆ, ਵੇਖੋ ਬੇਸ਼ੱਕ ਆ ਵੇਖੋ ਮੰਮੀ ਸ਼੍ਰੀ ਸਾਹਿਬ ਪਾਇਆ ਹੈ, ਬੜਾ ਸੋਹਣਾ ਲੱਗਦਾ ਦੂਰੋਂ ਆਉਂਦਾ, ਪਹਿਲਾਂ 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 ਸਿੱਖ ਆ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬੇਸ਼ੱਕ ਸਾਡੀ ਦਿੱਖ ਸਿੱਖਾਂ ਵਾਲੀ ਹੈ, ਪਰ ਸਿੱਖ ਦਿੱਖ ਤੋਂ ਨਹੀਂ ਪਛਾਣੇ ਜਾਂਦੇ, ਸਿੱਖ ਐਕਸ਼ਨ ਤੋਂ ਪਛਾਣੇ ਜਾਂਦੇ ਨੇ। ਸਿੱਖ ਐਕਸ਼ਨ ਤੋਂ ਪਛਾਣੇ ਜਾਂਦੇ ਨੇ। ਜਦੋਂ ਸਾਡੇ ਸਿੱਖੀ ਐਕਸ਼ਨ ਚ ਆ ਜਾਏਗੀ ਨਾ, ਉਦੋਂ ਅਸੀਂ ਸਿੱਖ ਹਾਂ। ਨਹੀਂ ਤਾਂ ਬੇਸ਼ੱਕ ਇਹ ਤਾਂ ਇੱਦਾਂ ਵਾ ਵੀ ਬੰਦਾ ਚੱਕਿਆ ਕੋਈ ਸਕੂਲ ਦੇ ਵਿੱਚੋਂ ਆਰਮੀ ਦੀ ਵਰਦੀ ਪਾ ਦਿੱਤੀ, ਉਹਦੇ 10 ਵੀ ਆਰਮੀ ਚ ਹੈ। ਹੁਣ ਪਹਿਲਾਂ ਟ੍ਰੇਨਿੰਗ ਲੈਣੀ ਪੈਂਦੀ ਆਰਮੀ ਤੇ ਰਫਲ ਦੇ ਅਗਲੇ ਬੰਨੇ ਗਾਰਡ ਲਾ ਕੇ ਰੱਖੀ ਦਾ ਵੀ ਗੋਲੀ ਨਾ ਚਲਾ ਦੇਣੀ। ਉੱਥੇ ਬਿਨਾਂ ਟ੍ਰੇਨਿੰਗ ਤੋਂ ਖਾਲਸਾ ਕਾਲਪੁਰ ਕੀ ਫੌਜ ਹੈ, ਵੇਖੋ ਫੌਜ ਦਾ ਕੰਪੈਰੀਜ਼ਨ ਕਰ ਲਓ। ਇੱਕ ਬੰਨੇ ਖਾਲਸਾ ਕਾਲਪੁਰ ਕੀ ਫੌਜ ਹੈ, ਇੱਕ ਬੰਨੇ ਬ੍ਰਿਟਿਸ਼ ਆਰਮੀ ਹੈ, ਅਮੈਰੀਕਨ ਆਰਮੀ ਹੈ, ਨਿਊਜ਼ੀਲੈਂਡ ਦੀ ਆਰਮੀ ਹੈ। ਤੇ ਜਦੋਂ ਅਸੀਂ ਨਿਊਜ਼ੀਲੈਂਡ ਦੀ ਆਰਮੀ ਦੇ ਨਾਲ ਕਾਲਪੁਰ ਦੀ ਫੌਜ ਨੂੰ ਕੰਪੈਰੀਜ਼ਨ ਕਰਦੇ ਹਾਂ, ਪਹਿਲੀ ਤਾਂ ਗੱਲ ਹੈ ਵੀ ਜਿਹੜਾ ਕਾਲਪੁਰ ਦੀ ਫੌਜ ਹੈ, ਆਮ ਫੌਜ ਦੀ ਮੈਂ ਗੱਲ ਕਰਦਾ, ਜਿਹੜੀ ਸਾਡੀ ਫੌਜ ਹੈ, ਉਹਦੇ 'ਚ ਬੰਦੇ ਨੂੰ ਜੇ ਕੋਈ ਓਵਰਵੇਟ ਹੋ ਜਾਏ ਤਾਂ ਮੈਡੀਕਲੀ ਡਿਸਚਾਰਜ ਕਰਦੇ, ਚੱਲ ਵੀ ਤੂੰ ਕਾਕਾ ਆਰਮੀ 'ਚ ਵੱਸਦਾ ਨਹੀਂ। ਇੱਥੇ 99% ਜਿਹੜੇ ਸਾਡੇ ਬਾਬੇ ਨੇ ਓਵਰਵੇਟ ਨੇ, ਇਹ ਕਾਲਪੁਰ ਦੀ ਫੌਜ ਕਿੱਥੋਂ ਆ ਗਈ? ਖਾਲਸਾ ਕਾਲਪੁਰ ਦੀ ਫੌਜ ਹੈ, 99% ਓਵਰਵੇਟ ਨੇ। ਤੇ ਬਾਣੀ ਕਹਿੰਦੀ ਫਿੱਟ ਵਿਆਹ ਜੀਵਿਆ ਜਿੱਤ ਖਾਇਆ ਵਧਾਇਆ ਪੇਟ, ਨਾਨਕ ਸੱਚੇ ਨਾਮ ਦੇਣਾ ਸਭੇ ਦੁਸ਼ਮਣ ਹੈ। ਘਰ ਘਰ ਖਾਇਆ ਪਿੰਡ ਵਧਾਇਆ, ਕਿੱਥੇ ਕਾਲਪੁਰ ਦੀ ਫੌਜ? ਡਿਸਿਪਲਿਨ ਦੀ ਗੱਲ ਕਰ ਲਓ, ਫੌਜ ਦਾ ਦੂਜਾ ਪੱਖ ਡਿਸਿਪਲਿਨ ਹੈਗਾ, ਇਹ ਕਾਲਪੁਰ ਦੀ ਫੌਜ, ਫੌਜ ਦਾ ਡਿਸਿਪਲਿਨ ਦੇਖ ਲਓ। ਸਾਨੂੰ ਤਾਂ ਸਾਡੀ ਤਾਂ ਪਹਿਚਾਣ ਆ ਵੀ ਅੱਧਾ ਘੰਟਾ ਲੇਟ ਪਹੁੰਚਦੇ ਹੈ, ਇਹ ਆ ਕਾਲਪੁਰ ਦੀ ਫੌਜ। ਐਵੇਂ ਨਾਰੇ ਲਾਉਣੇ ਬੜੇ ਸੌਖੇ ਆ ਸਟੇਜਾਂ ਦੇ ਉੱਤੇ, ਕਾਲਪੁਰ ਕੀ ਫੌਜ, ਕਾਲਪੁਰ ਕੀ ਫੌਜ। ਪਤਾ ਉਦੋਂ ਲੱਗਦਾ ਜਦੋਂ ਅਸੀਂ ਇਹਨੂੰ ਪੈਰਾਮੀਟਰ ਦੇ ਉੱਤੇ ਮਿਲਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉੱਤੇ ਮਿਲਦੇ ਹਾਂ ਵੀ ਕਾਲਪੁਰ ਦੀ ਫੌਜ ਆਏ ਗਏ ਹੈ। ਸੋ ਅੱਗੇ ਵਧੀਆ, ਆਪਾਂ ਅੱਜ ਫੋਟੋਆਂ ਦੇ ਰੂਪ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਅਸੀਂ ਕਹਿੰਦੇ ਹਾਂ ਵੀ ਆਗਿਆ ਭਈਆ ਗਾਲ ਕੀ ਤਬੀਅਤ ਚਲਾਇਓ, ਪਰ ਸਭ ਸਿੱਖ ਨੂੰ ਹੁਕਮ ਹੈ ਗੁਰੂ ਮੰਨਿਓ ਧੰਨਵਾਦ ਕਰਨਾ। ਤੇ ਮੰਨਦੇ ਕਿਹੜੇ ਕਿਹੜੇ ਨੇ? ਗੁਰੂ ਪੂਜਿਓ ਗ੍ਰੰਥ ਨਹੀਂ ਹੈ, ਗੁਰੂ ਮੰਨਿਓ ਗ੍ਰੰਥ ਹੈ। ਜਿੰਨਾ ਚਿਰ ਅਸੀਂ ਮੰਨਦੇ ਨਹੀਂ ਉਹਨਾਂ ਚਿਰ ਗ੍ਰੰਥ ਦਾ ਰੂਪ ਨਹੀਂ ਹੋ ਸਕਦੇ। ਅਸੀਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਬਣਨਾ ਹੈ, ਕੱਲਾ ਪੜ੍ਹਨਾ ਹੀ ਨਹੀਂ, ਪੜ੍ਹਨਾ ਤਾਂ ਪਹਿਲਾ ਫਸਟ ਸਟੈਪ ਹੈਗਾ, ਇਹਨੂੰ ਪੜ੍ਹ ਕੇ ਜੀਵਨ 'ਚ ਲਾਗੂ ਕਰਕੇ ਗੁਰਬਾਣੀ ਦਾ ਰੂਪ ਹੋਣਾ ਹੈ। ਅੱਜ ਅਸੀਂ ਗੁਰਬਾਣੀ ਨੂੰ ਫੋਟੋ ਦੇ ਰੂਪ ਦੇ ਵਿੱਚ ਪੂਜਣਾ ਸ਼ੁਰੂ ਕਰ ਦਿੱਤਾ। ਮੱਥਾ ਟੇਕਣਾ ਤੇ ਮੱਥਾ ਟੇਕਣਾ ਦੋ ਸ਼ਬਦ ਨੇ, ਮੱਥਾ ਟੇਕਣਾ ਤੇ ਮੱਥਾ ਟੇਕਣਾ। ਇੱਕ ਤਾਂ ਮੱਥਾ ਨਹੀਂ ਉਹਨਾਂ ਨੂੰ ਟੇਕਦੇ, ਜੇ ਸਾਡੇ ਘਰ ਕੋਈ ਪ੍ਰਾਹੁਣਾ ਜਾ ਰਿਹਾ ਰਾਜੇ, ਘੜੀ ਕੁ ਪਿੱਛੋਂ ਆਣ ਗਿਆ, ਲਿਆਓ ਜੀ ਲੱਸੀ ਲਿਆਓ, ਲਿਆਓ ਜੀ ਚਾਹ ਲਿਆਓ, ਘੜੀ ਕੁ ਪਿੱਛੋਂ ਆ ਜੇ, ਤੇ ਤੁਸੀਂ ਤੀਜੇ ਦਿਨ ਕਹਿੰਦੇ ਮੱਥਾ ਟੇਕਿਆ ਦਫਾ ਜਾ, ਇਹ ਵੀ ਮੱਥਾ ਟੇਕਣਾ ਹੁੰਦਾ ਜੀ। ਤੇ ਇੱਕ ਮੱਥਾ ਟੇਕਣਾ
इन्हें प्रभावित हो जाते जो तुम मत्था ही टेक जाता सुरेंडर ही करना मत्था टेकना सुरेंडर करना भी सुरेंडर ही कर देंगे जे भी लै गुरु मैं तेरा ही हूं तुम अपना अंदाजा आप ला लो मत्था टेकता कि मत्था टिकता कि जिदा टिकता है ना उन्हें सुरेंडर करता वो एक्शन बदल जाएंगे वो एक्शन गुरु वाले हो जाएंगे वह मत्था टिकया समझ अगे वधीए 1909 आनंद मैरिज एक्ट जो होल चाया जिहड़ा कि सिंह सभा लहर के देन सी अज दोबारा फिर रौला पिया है ज्यादा गया है लेकिन लगड़ा रौला पै गया जी आ गया जी सिखा ने सुनी गई जी पर इदा सानू लॉलीपॉप दिंदे ने ना मूंह च ना बाहर सो यह आनंद मैरिज एक्ट जिन्हों के होंद च लियाउण वास्ते भाई जवाहर सिंह वर्गिया ने अपने पुत्र नूं जिहड़ा वा हराम दा पुत्र रखवा लिया लेकिन कितने खड़े हैं असं मंगा की गल नहीं करते वेखो दो तीन घंटे बोलना कला हैगी है कला तो जिहड़ियां गल्लां कर रहा है पंगा है इंदरा पंगा तरह तरह दियां एजेंसियां ने ना चुक लेंदियां उस वेले बोलना प्रचार नहीं है जगाउणा प्रचार है बोलन सौ नूं सवाई जो जिन्ना चिर मर्जी सो इस करके जिहड़ा आनंद मैरिज एक्ट सिंह सभा लहर की देन सी जो कि निरंकारी लहर ने शुरू किया बाबा राम जिहड़ा बाबा राम सिंह सी ना वह आनंद रीति दे नाल विआह करवाउंदे सन वह निरंकारी लहर करप्ट होई निरंकारी डम बन गया गुरु डम बन गया इदां ही नामधारी लहर सी वह भी एक क्रांतिकारी लहर सी वह करप्ट होई नामधारी गुरु डम बन गया हुण 1900 दे विच पंजाब विद्यक खेत्र दे विच पहला दर्जा सी आज हुण वेखी कित्थे खड़े आपां पहलां इह गल पिछों जिहड़ी साझी कर गया ना 1900 दे विच साडा विद्यक खेत्र दे विच पहला दर्जा सी 1985 दे विच किने सतवें नंबर से राज किन्ने सन भी राज सन 2002 सतारवें नंबर से वेखो सा तरक्की वेखो 2002 सतारवें नंबर से 26 राज जो अं गुरु नानक पातशाह जी बाणी पढ़ते हैं तो मैं उन्होंने बाणी क्यों बजाती है कि कहें कि दुनिया का सब तो वाला जो वैपन है सब तो वाला हथियार है वो ही साढ़े हथ है विद्या बेचारी अहरण मत वेद हथियार विद्या वेद मतलब विद्या एक विद्या का वैपन साढ़े हथ च ही है नहीं गल करते बड़िया बड़िया एजुकेशन अभी प्रमोट नहीं कर सके एजुकेशन प्रमोट करिए अच्छे इतों की गल नहीं मैं करता पिछले पंजाब की गल कर इतने तो सू अपने पढ़ा देते हैं पंजाब की गल कर जे कोई कम करने वाला तो एजुकेशन के पद्धर से गल करिए 1914 कृपान की छूट सी अज भी पिछले एयरपोर्ट अमृतसर एयरपोर्ट के उत्ते किसी सज्जन कृपान पा के आते कर हुए कम नहीं कर सकते की होया क्योंकि असं सुते हैं सानू तरह तरह कभी तरह दाणा कट के कोई कभी कोई फिल्म कट के सू देखा जा रहा भी जागते हैं ये एजेंसियां दल होंगे देखा जाता है कि किन्ने सुते ने किन्ने जागते हैं श्रोमणी कमेटी के अकाली जथा पहले पहले आ देखो जी श्रोमणी कमेटी के अकाली जथा उसे लहर की एक देन है हूँ अब अकाली की ने एक टाइम से अकाली वो सन अकाली फूला सिंह किसी के घर के कोठे के उत्ते किसी के चबारे से बैठा सी महाराजा रणजीत सिंह प्रोफेसर गुरतेज सिंह IAS कहते हैं महाराजा रणजीत सिंह जिन्हें कहो सरदार रणजीत सिंह लिखते हैं वो एक हाथी के उत्ते बड़े बड़े जलसे के नाल अमृतसर के विचों लंघ गया अकाली फूला सिंह वो चढ़ गए उन्होंने आवाज मारी पता की क्या कोई कमिया महाराजा रणजीत सिंह पाना क्या होगा एडा वा खट्टा लैके कद फिर तू महाराजा रणजीत सिंह ताना कह दिया खट्टा क्या ये अकाली फूला सिंह की पहचान से अज भी अकाली की ने जाते ने सर्वधर्म सम्मेलन के पग जो थोड़ी कोपी पा ली है साढ़े अज के अकाली ने असी उस टाइम पर सफरनामा का लिखारी जॉर्ज फोस्टर ही लिखता है वो कहना भी एक बार साड़ी ढाणी के नाल एक बड़ा जवान जहा अकाली आ रहा है उन्होंने पूछा तू कि नौकर वो कहना हम किसी बंदे के नौकर नहीं है हम अकाल के नौकर हैं ये एक छोटी तो छोटी अकाली की एक उस टाइम से विचारधारा से आज भी कितने खड़े हैं सो श्रोमणी कमेटी जी एक मैनेजमेंट कमेटी जिसे थले अकाली काम करते सन अज अकाली उत्ते श्रोमणी कमेटी थले अज कोई जे उत्ते कोई जहेदार बना तो वह बादल की जेब चो
ਕੋਈ ਵੀ ਬੰਦਾ ਪੈਦਾ ਹੋਏਗਾ ਇਹਨਾਂ ਲੀਡਰਾਂ ਦੇ ਵਿੱਚੋਂ, ਇਹ ਲੀਡਰਾਂ ਦੀ ਸਹਿਮਤੀ ਨਾਲ ਪੈਦਾ ਹੋਏਗਾ, ਤੇ ਅਸੀਂ ਲੱਭ ਕੇ ਉਹਨਾਂ ਕੋਲ ਫੈਸਲੇ ਕਰਾਉਣ ਵਾਸਤੇ ਬੱਲੇ ਬੱਲੇ ਸਾਰੇ ਫੈਸਲੇ ਕਰ ਦਿਓ, ਜੋ ਉਹਨਾਂ ਨੂੰ ਮਨਜ਼ੂਰ ਹੈ ਉੱਥੋਂ ਆਉਣਾ ਹੈ। ਸੋ ਅੱਗੇ ਵਧੀਏ, ਸਿੱਖਾਂ ਦੀ ਆਬਾਦੀ ਦਿਨੋਂ ਦਿਨ ਘੱਟ ਹੀ ਗਈ, ਧਰਮ ਤਬਦੀਲ ਹੋਇਆ, ਇਹ ਸਾਡੀਆਂ ਲੂਪ ਹੋਲਸ ਨੇ, ਸ਼ੋਰਟ ਕਮੀਜ਼ ਨੇ। ਅੱਜ ਦੀਆਂ ਗੁਰਦੁਆਰਿਆਂ 'ਚ ਬਹੁਤਾਤ ਬਜ਼ੁਰਗ ਨੇ, ਕਿਉਂ? ਇਹਦਾ ਕਾਰਨ ਕੀ ਹੈ? ਨੌਜਵਾਨ ਕਿਉਂ ਨਹੀਂ ਆਉਂਦੇ ਗੁਰਦੁਆਰੇ? ਕਿਉਂਕਿ ਕੋਈ ਰੱਟ ਲਾ ਛੱਡ ਪਿਆ, ਨੌਜਵਾਨ ਉਹਨੂੰ ਦੇਖ ਹੀ ਰਹੇ ਸੀ, ਉਹ ਗੁਰਦੁਆਰੇ ਜਾਣ ਕਿਉਂ? ਉਹਨਾਂ ਨੂੰ ਮਿਸ਼ਨ ਕੀ ਦਿੱਤਾ ਇਸ? ਮੈਨੂੰ ਆਮ ਕਰਕੇ ਕਿਹਾ ਜਾਂਦਾ, ਕਿਉਂਕਿ ਸਾਡੇ ਜਿਹੜਾ ਸਾਡੀ ਜਿਹੜੀ ਟੀਮ ਉਹਦੇ 'ਚ ਕਈ ਵੀਰ ਇੱਦਾਂ ਦੇ ਵੀ ਨੇ ਜਿਹੜੇ ਜਵਾਲ ਕਰਦੇ ਨੇ, ਅਤੇ ਮੈਨੂੰ ਆਮ ਕਰਕੇ ਕਿਹਾ ਜਾਂਦਾ ਵੀ ਤੁਸੀਂ ਇਹਨੇ ਜਵਾਲ ਖਾਓ ਪਹਿਲਾਂ। ਤਾਂ ਮੇਰਾ ਇੱਕੋ ਜਵਾਬ ਹੁੰਦਾ ਹੈ, ਮੈਂ ਆਪਣੇ ਜਵਾਲ ਖਾ ਲਾਂ। ਕੀ ਕਰਾਂਗੇ ਜੀ? ਇਹਨੂੰ ਮਿਸ਼ਨ ਦੇ ਦਿਓ, ਵਾਲ ਆਪਣੇ ਅੰਦਰ ਦੇ। ਅਸੀਂ ਲੋਕਾਂ ਨੂੰ ਮਿਸ਼ਨ, ਬੱਚਿਆਂ ਨੂੰ ਮਿਸ਼ਨ ਨਹੀਂ ਦਿੱਤਾ, ਉਹਨਾਂ ਨੂੰ ਬਾਹਰੀ ਵਰਦੀ ਲਿਖਵਾ ਦਿੱਤੀ ਹੈ। ਉਹਨਾਂ ਨੂੰ ਜਿੰਨਾ ਚਿਰ ਤੱਕ ਅਸੀਂ ਕੋਈ ਨਾ ਕੋਈ ਏਮ ਨਹੀਂ ਦਿੰਦੇ ਵੀ ਤੂੰ ਇਸ ਏਮ 'ਤੇ ਕੰਮ ਕਰਨਾ ਹੈ, ਉਹਨਾਂ ਤੋਂ ਐਕਸਪੈਕਟ ਕਿਉਂ ਕਰਦੇ ਹੋ? ਤੁਸੀਂ ਕੀ ਕਰੋਗੇ ਇਹਨਾਂ ਨੂੰ? ਤੁਸੀਂ ਸਿੱਖ ਬਣਾ ਕੇ ਕੀ ਕਰਾਓਗੇ ਤੁਸੀਂ ਇਹਨਾਂ? ਜੋ ਰੋਟੀਆਂ ਸਵੇਰੇ ਖਾਂਦੇ ਨੇ ਅੱਜ, ਉਹ ਹੀ ਉਹਨਾਂ ਨੇ ਬਾਅਦ 'ਚ ਖਾਣੀਆਂ ਨੇ। ਕੰਮ 'ਤੇ ਜਾਣਾ, ਕੰਮ ਤੋਂ ਘਰੇ ਆ ਜਾਣਾ, ਦੁਪਹਿਰ ਦਾ ਸਕੈਜੂਲ ਉਹ, ਸ਼ਾਮ ਦਾ ਵੀ ਉਹ, ਸੌਣ ਦਾ ਵੀ ਉਹ। ਇਹਨਾਂ ਕੋਲ ਤੁਸੀਂ ਇਹਨਾਂ 'ਚ ਤਬਦੀਲੀ ਕੀ ਹੈ ਜੀਵਨ ਦੇ ਵਿੱਚ? ਮੈਂ ਤਾਂ ਪੁੱਛਦਾ ਨਾ, ਜੇ ਕਹਿੰਦਾ ਮੈਂ ਅੰਮ੍ਰਿਤ ਛੱਕ ਲਿਆ, ਤਾਂ ਮੈਂ ਪੁੱਛਦਾ ਨਾ ਵੀ ਅੰਮ੍ਰਿਤ ਛੱਕ ਲਿਆ ਤੂੰ ਇਹ ਦੱਸ ਵੀ ਕੀਤਾ ਕੀ ਹੈ ਜੀ? ਇਹ ਨਾ ਦੱਸ ਮੈਂ ਅੰਮ੍ਰਿਤ ਛੱਕ ਲਿਆ। ਅੰਮ੍ਰਿਤ ਤੇਰਾ ਪਤਾ ਉਦੋਂ ਲੱਗੇਗਾ ਤਰੀਕੀ ਜੀ ਤੂੰ ਛਕਿਆ ਕਿਉਂ ਛਕਿਆ। ਇਹ ਸੱਜਣ ਨੂੰ ਬੈਠਾ ਸੀ ਕਿਤੇ, ਖੰਡ ਪਾਠ ਕਰਵਾਇਆ ਉਹਨਾਂ ਨੇ, ਤੇ ਇੱਕ ਸੱਜਣ ਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਖੰਡ ਪਾਠ ਕਰਵਾਇਆ ਕਿਉਂ ਕਰਵਾਇਆ? ਬੜੇ ਵਿਦਵਾਨ ਸੱਜਣ ਬੈਠੇ ਸਨ ਲੱਗੇ, ਉਹਦਾ ਬਸ ਖਾਣ ਖਾ ਕਰਾ ਦਿੱਤਾ। ਕਹਿੰਦੇ ਕੰਮ ਖਾ ਕਿਉਂ ਕਰਾ ਦਿੱਤਾ? ਤੁਸੀਂ ਵੀ ਕੀਤੀ ਹੈ ਗੁਰੂ ਜੀ ਘਰ ਸੱਦ ਕੇ, ਕਹਿੰਦੇ ਕੰਮ ਖਾ ਖੰਡ ਪਾਠ ਕਰਾ ਦਿੱਤਾ। ਉਹ ਕਹਿੰਦਾ ਮੇਰਾ ਭਰਾ ਕਰਾਉਂਦਾ ਹੈ ਹਰ ਸਾਲ, ਕਹਿੰਦਾ ਮੈਂ ਤੇ ਨੱਕ ਰੱਖਣਾ ਤੇ ਕਰਾਇਆ, ਤੇ ਜੇ ਮੈਂ ਨਾ ਕਰਾਇਆ ਤੇ ਲੋਕਾਂ ਨੇ ਕਹਿਣਾ ਦੇਖੋ ਜੀ ਭਰਾ ਕਿਹੜਾ ਆਸਤੇ ਗਿਆ ਤੇ ਇੱਦਾਂ ਨਾਸਤਿਕ ਹੁੰਦਾ ਹੈ। ਤੇ ਉਹ ਚੁੱਪ ਹੋ ਗਈ ਹੈ। ਫਿਰ ਆਉਂਦੇ ਜੀ ਕੀ ਅਰਦਾਸ ਕਰੋ? ਜੋ ਮਰਜ਼ੀ ਕਰਦੇ ਆਉਂਦੇ ਅਰਦਾਸ ਕੀ ਕਰੀਏ? ਅਖੰਡ ਪਾਠ ਕਰਵਾਉਣਾ, ਜੋ ਮਰਜ਼ੀ ਕਰਦੇ ਜੀ। ਉਹ ਫਿਰ ਚੁੱਪ, ਉਹਨਾਂ ਨੇ ਉਸ ਬਾਅਦ ਭਲੇ ਦੀ ਅਰਦਾਸ ਕਰਨੀ। ਫਿਰ ਉਹਨੂੰ ਕਹਿੰਦੇ ਆਉਂਦੇ ਵੀਰ ਜੀ ਹੁਣ ਤੁਸੀਂ ਵੇਖੋ ਤੁਹਾਡਾ ਦਾੜਾ ਪ੍ਰਕਾਸ਼ ਹੈ, ਸਭ ਕੁਝ ਤੁਸੀਂ ਨਾ ਖੰਡੇ ਬਾਟੇ ਦੀ ਪੌਣ ਲੈ ਲਓ, ਅੰਮ੍ਰਿਤ ਛੱਕ ਲਓ। ਉਹ ਕਹਿੰਦਾ ਮੈਂ ਤੁਹਾਨੂੰ ਇੱਕੋ ਸਵਾਲ ਪੁੱਛਦਾ, ਕਹਿੰਦਾ ਤੁਸੀਂ 5 ਸੱਜਣ ਜੇ ਕਰੂੰਗਾ ਮੈਂ ਛਕਿਆ ਦੇ 20 ਸਾਲ ਹੋ ਗਏ। ਕਹਿੰਦਾ ਪੰਜਾਬ ਦੇ ਵਿੱਚ ਰੇਪਿਸਟ ਵੱਧ ਗਏ, ਪੰਜਾਬ ਦੇ ਵਿੱਚ ਗੁੰਡਾਗਰਦੀ ਵੱਧ ਗਈ ਹੈ, ਪੰਜਾਬ ਦੇ ਵਿੱਚ ਰਿਸ਼ਵਤਖੋਰੀ ਵੱਧ ਗਈ ਹੈ, ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਇਹੋ ਜਿਹੇ ਇਨਵਾਇਰਮੈਂਟ ਦੇ ਵਿੱਚ 5 ਅੰਮ੍ਰਿਤ ਭਰੀ ਤੁਰੇ ਕਿਵੇਂ ਫਿਰਦੇ ਜੀ। ਅੰਮ੍ਰਿਤ ਦਾ ਮਤਲਬ ਇਹ ਸੀ ਵੀ ਰੈਵੋਲੂਸ਼ਨ, ਅੱਜ ਤੋਂ ਬਾਅਦ ਮੈਂ ਗੁਰੂ ਵਾਸਤੇ ਜੀਣਾ ਹੈ, ਅੱਜ ਤੋਂ ਬਾਅਦ ਮੇਰਾ ਜੀਵਨ ਮੇਰੇ ਵਾਸਤੇ ਨਹੀਂ, ਅੱਜ ਤੋਂ ਬਾਅਦ ਮੇਰਾ ਜੀਵਨ ਸਮਾਜ ਵਾਸਤੇ। ਅਸੀਂ ਕਿਹੜਾ ਅੰਮ੍ਰਿਤ ਛੱਕ ਕੇ ਲੋਕਾਂ ਨੂੰ ਦਿਖਾਉਂਦੇ? ਏਦਾਂ ਦੇ ਗੁਰੂ ਨੇ ਪੈਦਾ ਨਹੀਂ ਕੀਤੇ। ਹੈ ਕੋਈ ਸਿੱਖ ਬੇਟਾ ਜੋ ਕਰੇ ਸੀਸ ਭੇਟਾ, ਅਨੇਕ ਸੀਸ ਚਾਹੀਏ ਸੋ ਏਕ ਏਕ ਆਈ। ਇਹ ਨਹੀਂ ਕਹਿੰਦੇ ਸਾਰੇ ਆ ਜਾਓ, ਜਿਹੜਾ ਵਾਕਈ ਸੀਸ ਤਲੀ ਤੇ ਧਰ ਕੇ ਆਉਂਦਾ ਹੈ, ਜਾਂ ਉਦੋਂ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਜਰੀ ਆਓ, ਪਹਿਲਾਂ ਵਸਤ ਪਛਾਣ ਕੇ ਤਾਂ ਕੀਚੇ ਵਪਾਰ। ਹੁਣ ਜਿੰਨਾ ਚਿਰ ਵਸਤ ਹੀ ਪਛਾਣੀ ਨਹੀਂ, ਤੇ ਵਧੋ ਵਧ ਵਸ ਜੇਬ ਚ ਪਾਈ ਜਾਂਦੇ ਅਗਲੇ ਦੀ। ਇਹੋ ਕਾਰਨ ਸਾਡੇ ਨਾਲ ਹੋ ਰਿਹਾ ਹੈ, ਜਦ ਵੀ ਅਸੀਂ ਦਿਖਾ ਤੇ ਰਹੇ ਵੀ ਅਸੀਂ ਸਿੱਖ, ਲੇਕਿਨ ਹੈ ਨਹੀਂ। ਹੁਣ ਆਖਰ ਹੱਲ ਕੀ ਹੈ ਇਹਦਾ? ਇਹ 2 ਸਲਾਈਡ ਹੋਰ ਰਹਿ ਗਏ ਨੇ ਮੇਰੇ, ਕਿਉਂਕਿ ਮੈਂ ਪ੍ਰੋਬਲਮ ਦੱਸ ਦਿੱਤੀਆਂ ਨੇ ਤੁਹਾਨੂੰ, ਪ੍ਰੋਬਲਮ ਕੀ ਨੇ। ਤੇ ਮੈਂ ਪਹਿਲਾਂ ਇਹ ਗੱਲ ਬੋਲਣ ਤੋਂ ਕਲੀਅਰ ਕਰ ਦਿੱਤੀ ਸੀ ਕਿ ਜਾਂ ਤੇ ਪ੍ਰੋਬਲਮ ਡਿਸਕਸ਼ਨ ਹੁੰਦੀ ਹੈ ਸਾਡੀ ਗੁਰਦੁਆਰਿਆਂ ਦੀਆਂ ਸਟੇਜਾਂ ਤੇ, ਤੇ ਜਾਂ ਸੋਲਿਊਸ਼ਨ ਦੀ ਗੱਲ ਕਰਕੇ ਲਾਗੂ ਕਰਨ ਦੀ ਕੋਈ ਗੱਲ ਨਹੀਂ ਕਰਦੇ ਕਰਾਂਗੇ। ਹੁਣ ਆਖਰ ਹੱਲ ਕੀ ਹੈ, ਸੋਲਿਊਸ਼ਨ ਕੀ ਹੈ ਇਸ ਪ੍ਰੋਬਲਮ ਦਾ? ਸਿਧਾਂਤਿਕ ਪਾਰਦਰਸ਼ਤਾ, ਸਭ ਤੋਂ ਪਹਿਲਾਂ ਸਾਨੂੰ ਸਿਧਾਂਤਿਕ ਤੌਰ ਤੇ ਇਹ ਦੇਖਣਾ ਪਏਗਾ ਕਿ ਅਸੀਂ ਗਿਆਨ ਕਿੱਥੋਂ ਲੈਣਾ, ਕਿ ਸਾਡਾ ਗੁਰੂ ਕਿਹੜਾ ਹੈ। ਇਹ ਗੱਲ ਕਲੀਅਰ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ, ਇਹਦਾ ਸੋਲਿਊਸ਼ਨ ਇਹ ਆ ਵੀ ਗੁਰੂ ਗ੍ਰੰਥ ਸਾਹਿਬ, ਤੇ ਅਸੀਂ ਆਪਣਾ ਆਪ ਸਰੈਂਡਰ ਕਰ ਦਈਏ ਗੁਰੂ ਗ੍ਰੰਥ। ਅੱਜ ਤੋਂ ਬਾਅਦ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੇ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗਾਲੀ ਕਿਸੇ ਫੋਟੋ ਨੂੰ ਮੱਥਾ ਨਾ ਟੇਕੇ, ਕਿਸੇ ਬਾਬੇ ਨੂੰ ਕਿਸੇ ਹੋਰ ਗ੍ਰੰਥ ਨੂੰ ਮੱਥਾ ਨਾ ਟੇਕੇ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ। ਇਹ ਤੋਂ ਸਿੱਧੀ ਡਾਇਰੈਕਟ ਨੌਲੇਜ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਇਹਦੇ ਅਕੋਰਡਿੰਗ ਸਿਧਾਂਤਿਕ ਪਾਰਦਰਸ਼ਤਾ ਜਿਹੜੀ ਹੈ, ਅਸੀਂ ਸਿਧਾਂਤਕ ਤੌਰ ਤੇ ਆਪਣੇ ਆਪ ਨੂੰ ਕਲੀਅਰ ਹੋ ਜਾਈਏ ਕਿ ਅੱਜ ਤੋਂ ਬਾਅਦ ਮੇਰੀਆਂ ਜ਼ਿੰਮੇਵਾਰੀਆਂ ਹੈਗੀਆਂ। ਸੇਵਾ ਨਾਲ ਕਿਆ ਕਰੋਗਾ? ਇੱਕ ਲਫ਼ਜ਼ ਬੜਾ ਕੌੜਾ ਬੋਲਦੇ ਹੋ, ਸਿੱਧਾ ਹੀ ਸ਼ਬਦ ਨਾਲ ਹੀ ਅਸੀਂ ਜਿਹੜਾ ਵਾ ਨਾ ਇਹੋ ਜਿਹੀ ਕਿੱਥੋਂ ਆਏ? ਸੇਵਾ ਕਰਕੇ ਆਏ, ਕਾਹਦੀ ਸੇਵਾ?
एक पिता एक स्नेहा मुबारक हो मेरा रहा। जो सा पिता एक है तो वो अभी बच्चे हैं, तो जो मैं ताला कोई काम कर दिता तो सेवा कहती होगी, मेरी जिम्मेवारी है। जिम्मेवारी तो सेवा च फर्क होंगे है, साढ़े कुछ फर्ज ने, असं उन्होंने फर्जा समझिए भी ये फर्ज निभाने। जो अभी सेवा की गल करते हैं ना, फिर साढ़े माइंड से क्वेश्चन आता भी जी ये कर्मा ने कहा जी आम बंद कर नहीं सकता, सेवा नहीं है फर्ज ने। गुरु के मैसेज में घर घर तक लैके जाना, मैं आम करके बड़ी सोनी सेवा जी काम नहीं कर दें, तो सेवा नहीं फर्ज है मेरा। ये फर्ज हर एक बंदे का है, क्योंकि कला कला गुरु ने प्रचारक बनाया है। हम कंट्रोल सेंटर जरा है जिन्हों से अकाल तख्त कहने सोल्यूशन वेख लो, कंट्रोल सेंटर जिन्हों से अकाल तख्त क्या वो साढ़े हाथ च नहीं। जिन्ना चिर साडा कंट्रोल साढ़े हाथ च नहीं ना आएगा, उन्ना चिर तुम भुल जाओ कि तुम कुछ कर सकते हो। कंट्रोल सेंटर क्यों कंट्रोल सेंटर है, क्योंकि सोर्स ऑफ इनकम है। उस इनकम के नाल असीं तरह तरह के मीडिया पैदा कर सकते हैं, अखबार पैदा कर सकते हैं, रुजगार पैदा कर सकते हैं। गुरु पातशाह जी ने रुजगार पैदा किए हैं, दूजा किते का मतलब कि असीं रुजगार पैदा किए हैं। लोग अपने आप सिख बन गए, हॉस्पिटल खोले ने, लोगों को उत्थे दवाई दी जाती सी, फ्री दवाई दी जाती सी, लोग सिख बन गए। असीं लोड़ां तो पूरियां नहीं कर रहे किसी दी, अहीं कह जाने जे साडी सिखां दी आबादी घट गई तो घटेगी, कारण की है भी अहीं लोड़ां जदों पूरियां कीतियां किसी दी। साढ़े को सोर्स ऑफ इनकम है जिन्होंने असं दरबार साहब के फंड कहने, वो अच्छ फंड का मिसयूज हो रहा है। जे चोणा आई अकालियों तो वह फंड वरते जा रहे हैं, फिर तरह तरह के जो नशे वटे जा रहे हैं उन्होंने फंडा बेस बना के। असं तो अपने करवाए ना खंड पार इन्ने पैसे देखे हैं जी पहले पहले, लेकिन उन्होंने मिसयूज हो रहा है। एक कंट्रोल सेंटर है, यह साढ़े हाथ चोना बड़ा जरूरी है। बजट देख लो तीन 350 करोड़ है, एक रफ आइडिया है, इस तो ही है सालाना बजट है श्रोमणी कमेटी का 350 करोड़। हम इना बजट हो साढ़े फिर भी बेरोजगार फिर सिख, फिर भी साड़ी एजुकेशन पद्धर को ही नीवी हुई है, साड़ा विद्यक पक्ष जोड़ा वा वो नीवा हो, इस गल सोचने पर मजबूर कर दी है भी कोई ना कोई कमी है साढ़े। आजाद सिख मीडिया नहीं साड़ी पहुंच, हाँ ना तो वरत्या जाता है पर आजाद सिख मीडिया नहीं, जिते आजादी सिख फलसफे की गल की जा सकती। प्रचार की गल करिए, प्रचार वास्ते वैसे गुरुद्वार का फर्ज सी, गुरुद्वारे जोड़े ने इन्हों का जी सलाना इनकम है, एक बंदे एक गुरुद्वारा स्पॉन्सर कर देना कि भाई तू ग्रेजुएशन करनी है इस कंट्री के, तेनों 35,000 तो 40,000 पाउंड जी है जी तेरी सालाना जी तनखा होगी, तो तू प्रचार कर ला। तुम क्रिश्चियन मिशनरी देख लो, प्रोफेसर ने पढ़े लिखे ने, तुम मुसलमाना की गल कर लो, डॉक्टर याकर नायक कर गए, ब्रदर इमरान वर के पढ़े लिखे ने सारे, तो साढ़े जिन्हों रोटियां जिन्हों आलू खरीदने नहीं आते, जिन्हों पंचर लाने नहीं आते, जिहड़ा बताऊ गले लै आउंदा उहनू साढ़े अहीं उहनू धारना बनाई बना दिओ। क्यों? क्योंकि ये गुरुद्वारिआं ने पैदा किए ने। जो 35 पाउंड ते अहीं खून जोड़ांगे किसी का, किसी प्रचारक का, किसी राजी का, किसी ढाडी वीर का, जो अहीं 35 पाउंड ते, मैं आम वड्डे वड्डे गुरुद्वारे वेखे ने 60 पाउंड जी वीकली, तो मैं तुम्हें कहा डिग्री की डॉक्टर की, तो मैं इन्हों को 60 पाउंड क्यों देते जी, तुम पूरे हाथ की तनखा लेंगे जी, इन्हों को देंगे 60 पाउंड पे क्यों? असी स्टैंडर्ड आप कराया है, की करिए ये पढ़ भी सकते हैं वीर, इन्होंने भी हौसला, इन्हों को पता भी प्रबंधक भी जो गुरुद्वार के वो भी समझौता करी जाते हैं, अं भी करिए। इन्हों के अंदर एबिलिटी है, इन्होंने को सब कुछ है, ज्ञान भी है, लेकिन यह साड़ी अपनी कमजोरी है। असी प्रचारक जोड़े आ स्कॉलरशिप देिए, पैसे अपने पैसे ला के गुरुद्वारे वाले पैसे ला के स्पॉन्सर कर लो कि तू अज तो बाद प्रचार कर लो। जे इदा ही करना शुरू कर दिए तो प्रचार होएगा। आम जिहड़े जिहड़े डॉक्टर बनना चाहते हैं वह प्रचारक बन गए, आने के तहत जिहड़े इंजीनियर बनना चाहते हैं ना वह प्रचारक बन गए। कारण यह है कि असं अपने वालों कुछ नहीं पाना चाहते, तो उदा वेखना चाहते भी सिखा की चढ़ती कला, सानू उदा भी जिहड़े साडे कान ने पक गए हो सुन के कि चढ़ती कला जी राज करेगा खालसा जी, चढ़ती कला जी खालसा राज करेगा, इस कोई शक नहीं, पर साधन अपनाने पैणगे सानू उस खालसे दे राज वास्ते। ते साधन अहीं अजे तक अपनाए नहीं आ, साढ़े को एक नारा है वो ही लग जाने, जिदा एक तोता कहता है मैं आजाद हाँ मैं आजाद करो मैं आजाद करो, उन्होंने पिंजरे चो कढ़िया बाहर उठ के, फिर उसे पिंजरे चो कहता आजाद करो आजाद करो, फिर उन्होंने कढ़ दिता किसी ने बाहर तरस खा के, फिर उठ के उसे पिंजरे चो, फिर उन्हें वेख्या तीजी ने कढ़ के भी ज्यादा किधर है, वो रोके बह के फिर दुख में बह के फिर आ गया पिंजरे, वो कहता आजादी जी है ना वो डेफिनेशन ही आता, नारा जरूर आता है।
ਸਾਨੂੰ ਰਾਜ ਕਰੇਗਾ ਖਾਲਸਾ ਦਾ ਨਾਰਾ ਆਉਂਦਾ ਲੇਕਿਨ ਡੈਫੀਨੇਸ਼ਨ ਨਹੀਂ ਹੁੰਦੀ। ਇਹ ਨਹੀਂ ਸਾਨੂੰ ਪਤਾ ਵੀ ਰਾਜ ਖਾਲਸਾ ਕਿਵੇਂ ਕਰੇਗਾ, ਸਾਨੂੰ ਸਿਧਾਂਤਿਕ ਪਾਰਦਰਸ਼ਤਾ ਚਾਹੀਦੀ ਆ, ਸਾਨੂੰ ਪ੍ਰਚਾਰ ਨੂੰ ਪ੍ਰਮੋਟ ਕਰਨ ਦੀ ਲੋੜ ਹੈ, ਉਹਦਾ ਰਾਜ ਕਰੇਗਾ ਖਾਲਸਾ। ਮੇਰੇ ਵੀਰ ਤੁਹਾਡੇ ਵੀਰ ਵੀ ਆਏ ਨੇ ਇਹਨਾਂ ਦਾ ਸਮਾਂ ਬਾਅਦ ਵਿੱਚ, ਤੇ ਮੈਂ ਲਾਸਟ ਸਲਾਈਡ ਲੈਣੇ ਸੀ। ਸੋਲਿਊਸ਼ਨ ਰਹਿਤ ਮਰਿਆਦਾ ਨੂੰ ਲਾਗੂ ਕਰ ਦਿਓ ਗੁਰਦੁਆਰਿਆਂ ਵਿੱਚ। ਵੇਖੋ ਰਹਿਤ ਮਰਿਆਦਾ ਅੱਜ ਤੋਂ ਤਕਰੀਬਨ 1945 ਦੇ ਵਿੱਚ ਲਾਗੂ ਹੋਈ ਹੈ। ਸਮੇਂ ਦੇ ਅਨੁਸਾਰ ਉਹਦੇ ਵਿੱਚ ਕਈ ਚੇਂਜਸ ਦੀ ਲੋੜ ਵੀ ਹੈ, ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਇਹ ਵਿਧਾਨ ਹੈਗਾ ਇਹ ਸਿੱਖਾਂ ਨੇ ਬਣਾਇਆ, ਗੁਰੂ ਨੇ ਤਾਂ ਲਿਖਿਆ ਨੇ। ਸਮੇਂ ਅਨੁਸਾਰ ਚੇਂਜਸ ਹੋਣੀ, ਜੇ ਲੋੜ ਹੈ ਤਾਂ ਕਰ ਲਓ, ਅਮੈਂਡਮੈਂਟ ਹੋ ਜਾਣੀ ਚਾਹੀਦੀ ਜੇ ਲੋੜ ਹੈ, ਲੇਕਿਨ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਬਣਾਈ ਗਈ। ਇਹ ਨਹੀਂ ਮੈਂ ਇੱਥੋਂ ਨਾਰਾ ਲਾ ਲਿਆ ਜੀ ਆਹ ਗੱਲ ਜਿਹੜੀ ਕੱਢ ਦੂ, ਇੱਦਾਂ ਨਹੀਂ ਹੋਣਾ ਚਾਹੀਦਾ। ਇਹ ਇੱਦਾਂ ਹੈ, ਮੈਂ ਆਮ ਕਰਕੇ ਐਗਜ਼ਾਮਪਲ ਦਿੰਦਾ ਨਾ, ਜਦੋਂ ਤੁਸੀਂ ਰੈੱਡ ਲਾਈਟ ਤੇ ਖੜਦੇ ਨਾ ਜਾ ਕੇ, ਮੈਂ ਤੁਹਾਨੂੰ ਤਿੰਨ ਚਾਰ ਉਹਦੇ ਪ੍ਰਮਾਣ ਦੇ ਸਕਦਾ, ਤਰਕ ਦੇ ਸਕਦਾ ਕਿ ਰੈੱਡ ਲਾਈਟ ਜਿਹੜੀ ਇਹਦਾ ਰੰਗ ਲਾਲ ਹੈ, ਮੈਨੂੰ ਬਲੱਡ ਚੇਤੇ ਹੁੰਦਾ ਵੇਖ ਕੇ ਰੈੱਡ ਲਾਈਟ ਨਹੀਂ ਹੋਣਾ ਚਾਹੀਦਾ। ਰੈੱਡ ਲਾਈਟ ਜਿਹੜੀ ਅੱਖਾਂ 'ਚ ਬੜੀ ਵੱਜਦੀ ਹੈ, ਰੈੱਡ ਲਾਈਟ ਨਹੀਂ ਰੁਕਣਾ ਚਾਹੀਦਾ। ਤੇ ਮੈਂ ਇੱਥੋਂ ਪ੍ਰਚਾਰ ਕਰਨਾ ਸ਼ੁਰੂ, ਰੈੱਡ ਲਾਈਟ 'ਤੇ ਨਾ ਰੁਕਿਓ ਜਾ ਕੇ, ਤੁਸੀਂ ਰੈੱਡ ਲਾਈਟ 'ਤੇ ਨਾ ਰੁਕਿਓ, ਤੁਹਾਨੂੰ ਖੂਨ ਯਾਦ ਆ ਜਾਏਗਾ, ਦਿਲ ਦਾ ਦੌਰਾ ਪੈ ਜਾਏਗਾ, ਤੁਸੀਂ ਉੱਥੇ ਜਾ ਕੇ ਰੈੱਡ ਲਾਈਟ 'ਤੇ ਗੱਡੀ ਕੱਢੋ, ਬਾਅਦ 'ਚ ਐਕਸੀਡੈਂਟ ਹੀ ਹੈਗਾ। ਠੀਕ ਆ, ਇਸ ਆਪਣੇ ਤਰਕ ਨੂੰ ਮੈਂ ਹਾਈ ਲੈਵਲ 'ਤੇ ਪ੍ਰਮੋਟ ਕਰਾਂ, ਲੋਕ ਆਵਾਜ਼ ਬਣਾ ਦਿਆਂ, ਲੋਕ ਇੰਨਾ ਸਹਿਮਤ ਨਹੀਂ ਜਿਹਨੂੰ ਮੈਂ ਬਦਲ। ਅੱਜ ਰਹਿਤ ਮਰਿਆਦਾ ਨੂੰ ਕੋਈ ਲੱਤ ਫੜੀ ਫਿਰਦਾ, ਕੋਈ ਬਾਂਹ ਫੜੀ ਫਿਰਦਾ, ਆਪਣੇ ਆਪ ਹੀ ਚੇਂਜ ਕਰੀ ਜਾਂਦੇ। ਅੱਜ ਲੋੜ ਤਾਂ ਕੱਖੋ, ਲੇਕਿਨ ਉਸੇ ਤਰੀਕੇ ਦੇ ਨਾਲ। ਬੇਰੁਜ਼ਗਾਰੀ ਜਿਹੜੀ ਆ ਖਤਮ ਕੀਤੀ ਜਾ ਸਕਦੀ ਹੈ, ਜਿਹੜੀ ਫੰਡਾਂ ਦੀ ਇਹ ਗੱਲ ਕਰਦੇ ਹਾਂ, ਇੱਕ ਹੋਸਪਿਟਲ ਜਿਹਦੇ ਵਿੱਚ ਕੱਲੇ, ਕਿਉਂਕਿ ਬਿਮਾਰੀਆਂ ਸਾਨੂੰ ਨਹੀਂ ਲੱਗਦੀਆਂ ਕੱਲਿਆਂ, ਹਰ ਕੌਮ ਨੂੰ ਬਿਮਾਰੀ ਲੱਗਦੀ ਹੈ, ਇਲਾਜ ਕੀਤਾ ਜਾਵੇ ਉਹਨਾਂ ਦਾ, ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗਿਲਟੀ ਤਾਪ ਵੇਲੇ ਜੰਮੂ ਗਏ, ਜਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਦਰਬਾਰ ਸਾਹਿਬ ਦੀ ਸੇਵਾ ਛੱਡ ਕੇ ਲਾਹੌਰ ਦੇ ਵਿੱਚ ਗਏ, ਜਿਵੇਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਚੇਚਕ ਵੇਲੇ ਦਿੱਲੀ ਗਏ। ਤੇ ਸਾਨੂੰ ਸੰਕੇਤ ਦਿੰਦੇ ਨੇ ਕਿ ਸਾਨੂੰ ਸਾਂਝੇ ਹਸਪਤਾਲ ਖੋਲ੍ਹਣ ਦੀ ਲੋੜ ਹੈ, ਜਿੱਥੇ ਹਰ ਕਮਿਊਨਿਟੀ ਦਾ ਇਲਾਜ ਕੀਤਾ ਜਾਵੇ। ਖੇਡਾਂ ਨੂੰ ਜਿਹੜਾ ਪ੍ਰਮੋਟ ਕਰਨਾ, ਜਿਹੜਾ ਕਿ ਗੁਰੂ ਅੰਗਦ ਪਾਤਸ਼ਾਹ ਜੀ ਨੇ ਸਾਨੂੰ ਪ੍ਰੈਕਟੀਕਲ ਰੂਪ 'ਚ ਕਰਕੇ ਦਿਖਾਇਆ। ਮੰਨ ਅਖਾੜੇ, ਅੱਜ ਮੈਂ ਕਬੱਡੀ ਦੇ ਵੀਰ ਵੇਖਣਾ, ਉਹ ਘੋੜਿਆਂ ਦੇ ਟੀਕੇ ਲਾ ਕੇ ਖੇਡੀ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਸਟੀਰਾਇਡ ਖਾ ਕੇ ਖੇਡੀ ਜਾਂਦੇ ਨੇ। ਕਿਉਂ? ਕਿਉਂਕਿ ਅਸੀਂ ਜਿਹੜੇ ਸਪੋਰਟਸ ਹੈ ਨਾ, ਉਹਨੂੰ ਵੀ ਉਹਦੇ 'ਚ ਵੀ ਡਰੱਗ ਮਾਰ ਦਿੱਤੇ, ਇੰਨੇ ਮਾਇੰਡ ਸਾਡੇ ਕਰਪਟ, ਸਪੋਰਟਸ 'ਚ ਵੀ ਡਰੱਗ ਮਾਰ ਦਿੱਤੇ ਅਸੀਂ। ਹੁਣ ਆਹ ਵੇਖੋ ਤਾਂ ਨਤੀਜੇ ਕਿੰਨੇ ਕਹਿੰਦੇ, ਜਿਹੜੀਆਂ ਚਾਰ ਪੰਜ ਗੱਲਾਂ ਨੇ ਅੱਜ ਦੀਆਂ ਦੱਸ ਨੇ, ਤਕਰੀਬਨ ਪੁਆਇੰਟ ਤੁਹਾਡੇ ਕੋਲ ਰੱਖੇ ਨੇ, ਕੰਟਰੋਲ ਸੈਂਟਰ ਆਪਣੇ ਹੱਥ ਦੇ ਵਿੱਚ ਹੋ ਗਏ, ਸਿਧਾਂਤਕ ਪਾਰਦਰਸ਼ਿਤਾ ਹੋ ਗਏ, 350 ਕਰੋੜ ਦਾ ਜਿਹੜਾ ਬਜਟ ਹੈ ਉਹਦੀ ਵਰਤੋਂ ਕਰਨੀ ਸਿੱਖ ਗਏ, ਆਜ਼ਾਦ ਸਿੱਖ ਮੀਡੀਆ ਹੋ ਗਏ, ਪ੍ਰੋਪਰ ਪ੍ਰਚਾਰ ਹੋ ਗਏ, ਰਹਿਤ ਮਰਿਆਦਾ ਲਾਗੂ ਹੋ ਜਾਏ, ਸਾਂਝਾ ਹਸਪਤਾਲ ਹੋ ਜਾਏ, ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਇਹਨਾਂ ਫੰਡਾਂ ਦੀ ਵਰਤੋਂ ਕੀਤੀ, ਖੇਡਾਂ ਦਾ ਫਿਰ ਕੀ ਹੋਏਗਾ, ਯੋਗ ਆਵਾਜ਼ ਪੈਦਾ ਹੋਏਗੀ, ਪਹਿਲਾਂ ਪਹਿਲਾਂ ਬੰਦੇ ਕਿ ਸਿੱਖ ਕੌਮ ਤਾਂ ਬੜੀ ਮਰਾਦੀ ਕੌਮ ਹੈ ਜੀ, ਇਹ ਤਾਂ ਬੜੀ ਸਾਂਝੀ ਹੈ, ਬੜੀ ਸਰਬ ਸਾਂਝੀ ਕੌਮ, ਅਜੇ ਤਾਂ ਆਪਾਂ ਕਹੀਆਂ ਗੱਲਾਂ ਬਾਤਾਂ ਤੇ ਆਪਾਂ ਸਾਂਝੀਆਂ ਵੈਸੇ ਹੈ ਨਹੀਂ ਹੁੰਦਾ, ਕਿਉਂਕਿ ਆਪਾਂ ਘਰ 'ਚ ਬੈਠੇ ਤਾਂ ਗੱਲ ਕਰ ਹੀ ਸਕਦੇ ਹਾਂ, ਗੱਲਾਂ ਬਾਤਾਂ ਜੇ ਸਰਬ ਸਾਂਝੇ, ਲੇਕਿਨ ਉਦਾਂ ਨਹੀਂ ਲੰਗਰ ਲਾ ਦੇਣਾ, ਇਹ ਨਹੀਂ ਵੀ ਸਭ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਮੈਂ ਜਦੋਂ ਨਗਰ ਕੀਰਤਨ ਮਿਲਦੇ ਨੇ ਨਾ, ਇੱਕ ਸਟਾਫ ਤੋਂ 5 ਕਦਮ ਅੱਗੇ ਜਾਈਏ ਨਾ, ਪਕੌੜੇ ਲੱਗੇ ਹੁੰਦੇ ਨੇ, ਉਹ ਤੋਂ ਬਾਅਦ ਕੇ ਸਮੋਸੇ, ਲੋਕਾਂ ਨੂੰ ਲੰਗਰ ਖਵਾ ਕੇ ਮਰ ਜਾਂਦੇ ਸੀ। ਅਸੀਂ ਇਹ ਲੰਗਰ ਦੀ ਵਰਤੋਂ ਕਰਨੀ ਸੀ ਲੋੜਵੰਦਾਂ ਵਾਸਤੇ, 42 ਕੰਟਰੀਆਂ ਲੋਵੈਸਟ ਹਿਊਮਨ ਡਿਵੈਲਪਮੈਂਟ ਨੇ, ਯੂਨਾਈਟਡ ਨੇਸ਼ਨ ਦੀ ਰਿਪੋਰਟ ਅਨੁਸਾਰ ਉੱਥੇ ਚਲੇ ਜਾਓ, ਇਸੇ ਲੰਗਰ ਦੇ ਨਾਲ ਤੁਸੀਂ ਉਹਨਾਂ ਉਸ ਕਮਿਊਨਿਟੀ ਨੂੰ ਸਿੱਖ ਬਣਾ ਸਕਦੇ ਜੇ। ਅੱਜ ਅਸੀਂ ਮਿਨੋਰਿਟੀ ਹਾਂ, ਜਿੱਦਣ ਉਹ ਸਿੱਖ ਬਣਗੇ ਤੁਹਾਡੇ ਲੰਗਰ ਤੋਂ ਸਿੱਖ ਬਣ ਜਾਣਗੇ, ਜਿੱਦਣ ਅਸੀਂ ਮੈਜੋਰਿਟੀ 'ਚ ਆ ਗਏ ਤੁਹਾਨੂੰ ਖਾਲਸਾ ਲੈਣ ਤੋਂ ਨਹੀਂ ਰੋਕ ਸਕਦੇ, ਜਿੰਨਾ ਚਿਰ ਤੁਸੀਂ ਮਿਨੋਰਿਟੀ ਜੇ ਤੁਸੀਂ ਆਪਣੇ ਆਪ ਨੂੰ ਖਵਾ ਕੇ ਸੇਵਾ ਕੀ ਜਾਂਦੇ ਜੀ। ਹੁਣ ਮੈਂ ਰੋਟੀ ਖਾਧੀ ਆ, ਭਾਂਡੇ ਮੈਂ ਨਿਬੇੜੇ ਨੇ, ਤੇ ਮੈਂ ਉਹ ਧੋਵਾਂ ਸੇਵਾ ਕਦੇ, ਆਪਣੇ ਆਪ ਦੇ ਕੰਮ ਕਰਕੇ ਸੇਵਾ ਕਹੀ ਜਾਂਦੇ ਹਾਂ, ਤੇ ਆਪਣੇ ਆਪ ਨੂੰ ਭਰਮ ਪਾ ਲਿਆ ਅਸੀਂ ਵੀ ਬੱਲੇ ਬੱਲੇ ਬੜੀ ਸੇਵਾ ਹੋ ਗਈ ਸਾਡੀ। ਲਾ ਲਓ ਲੰਗਰ ਹੀ ਲਾ ਲਓ, ਲੰਗਰ ਵੀ ਬੜਾ ਜ਼ਬਰਦਸਤ ਸਿਧਾਂਤ ਹੈਗਾ, ਲੇਕਿਨ ਉੱਥੇ ਲਾ ਦਿਓ ਜਿੱਥੇ ਲੋੜਵੰਦ ਨੇ। ਮੈਂ ਤੁਹਾਨੂੰ ਤਾਂ ਗੱਲ ਕਹਿੰਦਾ ਮਾਰ ਰਹੇ ਹਾਂ, ਪਿਛਲੇ ਨਗਰ ਕੀਰਤਨ ਦੇ ਵਿੱਚ ਇੱਕ ਬੀਬੀ 100 ਸਾਲ ਨਗਰ ਕੀਰਤਨ ਦੇ ਵਿੱਚ, ਉਹਨੂੰ ਨਟਸ ਐਲਰਜੀ ਸੀ, ਬਹੁਤ ਵਧੀਆ ਸਾਡੇ ਵੀਰਾਂ ਨੇ, ਕਹਿੰਦੇ ਸੇਵਾ ਬੜੀ ਚੜੀ ਸਾਨੂੰ, ਬਹੁਤ ਵਧੀਆ ਸਾਡੇ ਵੀਰਾਂ ਨੇ ਦੁੱਧ ਪਿਆਰ ਨਾਲ, ਉਹ ਬੀਬੀ ਨੇ ਦੁੱਧ ਪੀ ਲਿਆ, ਇੱਕਦਮ ਹੀ ਡਿੱਗੀ ਉਹ, ਤੇ ਦਾਸ ਕਿਉਂਕਿ ਮੈਡੀਕਲ ਫੀਲਡ ਦੇ ਵਿੱਚ ਆ, ਉਹਨੂੰ ਰਿਸਸੀਟੇਟ ਕਰਕੇ ਉਹ ਜਦੋਂ ਉਲਟੀ ਬਾਹਰ ਆਈ ਤਾਂ ਥੋੜ੍ਹਾ ਜਿਹਾ ਸਾਹ ਲਿਆ, ਬੱਚੀ ਮਹਾਂ। ਤੇ ਮੈਂ ਧੰਨਵਾਦ ਕੀਤਾ ਉਹਨਾਂ ਵੀਰਾਂ ਦਾ, ਮੈਂ ਪਹਿਲੇ ਪਹਿਲੇ ਤੁਹਾਡੀ ਸੇਵਾ ਪੂਰੀ ਉਤਰੀ ਸੀ, ਅਸੀਂ ਇਸ ਲੰਗਰ ਦੀ ਵਰਤੋਂ ਨਹੀਂ ਕਰਨੀ ਸਿੱਖੀ। ਹੁਣ ਲੋਕ ਆਵਾਜ਼ ਬਣੇਗੀ ਨਾ, ਖਾਲਿਸਤਾਨ ਆਪਣੇ ਆਪ ਹੀ ਦੇ ਦੇਣਗੇ, ਮਜੋਰਿਟੀ ਦਾ ਮੁੱਲ ਪੈਂਦਾ ਹੈ, ਮਨਾਰਕੀ ਦਾ ਮੁੱਲ ਪੈਂਦਾ। ਮਜੋਰਿਟੀ ਨੂੰ ਪੈਦਾ ਕਰਨ ਵਾਸਤੇ ਆਹ ਸਾਧ ਲੈ ਕੇ ਨੇ, ਜਦੋਂ ਤੁਸੀਂ ਮਜੋਰਿਟੀ ਪੈਦਾ ਕਰ ਦੋਗੇ
खालिस्तान का नाम है को जिन्ना चिर असी मजोरिटी पैदा नहीं करते जिन्ना चिर इन्ह सिद्धांतों अपने जीवन अपलाई नहीं करते उन्होंने चिर नारा ला रहे हो क्योंकि बहुत इंग्लैंड का रवाज है जिन्हे नारे लाने वाले ने पिछले जी अं एक वीडियो सज्जन की कभी यूट्यूब पर जो वेख लो जाके सब तो वे नारे लाने का है खालिस्तान जिंदाबाद जो गवर्नमेंट का बंदा जो आर एस एस बंद एक्सपोज हो घर पे हम चाहता जी सो मैं ना नहीं लैना तुम यूट्यूब पर जाने नारा ने कख नहीं बनना प्रैक्टिकली करना पैना है प्रैक्टिकली कर दो फिर नारा ला दो फिर वक्री गल हमने वेखना कि आ जी तस्वीर है जिद जट बंदे खड़े ने इन्होंने हाथ च फड़िया है टीम वर्क लिख के असं वेखना कि साडा टीम वर्क कि है साडा कंट्रीब्यूशन की है मैं मेरा योगदान की है ये ना वेखो भी गुआढ़ी की करता अपने आप से पैरामीटर बना के देखो कि मैं कि कर रहा कौम वास्ते की योगदान है कि मैं अपनी प्रचारक पद की जिम्मेवारी समझ ली कि मैं अब गुरु के प्रति जिहड़ा वा गुरु के सिद्धांत प्रति वफादार हो गया आपको अपना योगदान पाना शुरू कर दिए समा आएगा असं इस गल गल बाहर आवे अपना राज हो गया समझ नहीं तो गल्ला जी लगी पे सो अखीर ते दास जे कोई मेरी गल बात लगी हो कौड़ी है वो हाथ में माफी चाहना तो जे तुम कोई लगी हो ना कि गल तो ठीक है भी गुरु की है तो पर कौड़ी बड़ी लगी है वो हाथ में कोई माफी नहीं है तो सा होर भी प्रोग्राम जिन्हें अज तक अं करते हैं जिन्हें समा मिलता वो tigerjatha.org साड़ी वैबसाइट है उत्थे वीडियो सैक्शन के जाके टाइगर जथा वीडियो सैक्शन के जाके उ प्रोग्राम वक् वक् किए देख सकते हैं तो खालसा न्यूज़ भी जी सा वैबसाइट है खालसा न्यूज़ उत्ते वक् 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 वीडियोज़ भी देख सकते जी न्यूज़ करंट न्यूज़ भी देख सकते जी सो सिंह सभा USA.com ये भी साड़ी वैबसाइट है इतने जाके भी देख सकते हैं सो सानू सिर्फ लोग आवाज बनाने की जरूरत है लोग आवाज पैदा करते हम ज़्यादा ना समा लेता आया जिते समाता जा चुका प्यार नाल जोश नाल एक बार दोबारा बोलूंगी वाहेगुरु जी का खालसा वाहेगुरु जी का फतेह।